ਗੈਟ ਪੰਜਾਬੀ ਦੇ ਸੂਝਵਾਨ ਦਰਸ਼ਕਾਂ, ਨਾਜ਼ਰੀਨ ਅਤੇ ਦਾਨਸ਼ਵਰ ਸਰੋਤਿਆਂ, ਦਰਸ਼ਕਾਂ ਅਤੇ ਨਾਜ਼ਰੀਨ ਦਾ ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਨਿੱਘਾ ਸਵਾਗਤ ਹੈ। ਪੁਰਾਣਾ ਸਾਲ ਬੀਤ ਗਿਆ, ਨਵਾਂ ਆ ਗਿਆ, ਇਹ ਸਿਲਸਿਲਾ ਜਾਰੀ ਹੈ। ਪੁਰਾਣੇ ਪੱਤੇ ਝੜਦੇ ਹਨ, ਨਵੇਂ ਆਉਂਦੇ ਹਨ, ਇਹੀ ਜ਼ਿੰਦਗੀ ਦਾ ਇੱਕ ਦਸਤੂਰ ਹੈ। ਇਹ ਕੁਦਰਤ ਦੀ ਕਾਇਨਾਤ ਨੂੰ ਜਾਰੀ ਰੱਖਣ ਦਾ ਇਹ ਇੱਕ ਸਿਲਸਿਲਾ ਹੈ, ਜਿਸ ਨੂੰ ਬਹੁਤ ਸੋਹਣਾ ਕਿਹਾ ਸੀ, ਪਿੱਪਲ ਦੇ ਪੱਤਿਆਂ ਵੇ ਕਿਹੀ ਖੜਖੜ ਲਾਈਏ, ਪੱਤ ਚੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈਏ। ਨਵੀਂ ਰੁੱਤ, ਸੁਹਾਵੀ ਰੁੱਤ, ਪਰ ਇਸ ਰੁੱਤ ਰਾਹੀਂ ਉਸ ਕਾਦਰ ਦੀ ਕੁਦਰਤ ਨਾਲ ਜੁੜਨਾ ਔਰ ਆਪਣੀ ਜੀਵਨ ਦੀ ਰਫਤਾਰ ਨੂੰ ਉਸ ਦੇ ਨਾਲ ਜੋੜਨਾ, ਇਹੀ ਜ਼ਿੰਦਗੀ ਹੈ। ਕੇਵਲ ਸਾਹ ਲੈਣ ਦਾ ਨਾਂ ਜ਼ਿੰਦਗੀ ਨਹੀਂ, ਬਲਕਿ ਮਾਣ, ਇੱਜ਼ਤ, ਸਵੈਮਾਨ ਨਾਲ ਜੀਵਨ ਯਾਪਨ ਕਰਨਾ, ਆਪਣਾ ਸਮਾਜ ਦੇ ਵਿੱਚ ਯੋਗਦਾਨ ਦੇਣਾ, ਇਹਨਾਂ ਸਾਰੀਆਂ ਚੀਜ਼ਾਂ ਦਾ ਨਾਮ ਹੀ ਜ਼ਿੰਦਗੀ ਹੈ। ਸਾਨੂੰ ਬਹੁਤ ਪ੍ਰਸੰਨਤਾ ਹੈ ਕਿ ਇਸ ਤੋਂ ਪਹਿਲਾਂ ਇਸ ਚੈਨਲ ਤੋਂ ਜਿਹੜੇ ਸਾਰਥਕ ਪ੍ਰੋਗਰਾਮ ਅਸੀਂ ਆਪ ਤੱਕ ਦੇ ਰਹੇ ਸੀ, ਉਸ ਵਿੱਚ, ਉਸ ਲੜੀ ਦੇ ਵਿੱਚ ਇੱਕ ਹੋਰ ਨਵਾਂ ਪ੍ਰੋਗਰਾਮ, ਇੱਕ ਹੋਰ ਨਵੀਂ ਦਿੱਖ ਲੈ ਕੇ, ਇੱਕ ਹੋਰ ਨਵੇਂ ਢੰਗ ਦੇ ਨਾਲ ਅਸੀਂ ਆਪ ਦੇ ਨਾਲ ਜਿਹੜੇ ਸਾਡੇ ਸਾਂਝੇ ਮਸਲੇ ਹਨ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਥਾਂ ਪਰ ਥਾਂ ਜਿੱਥੇ ਸਾਨੂੰ ਪ੍ਰਭਾਵਿਤ ਕਰਦੀਆਂ ਹਨ, ਉਹ ਭਾਵੇਂ ਸਾਡੇ ਸਮਾਜਿਕ, ਧਾਰਮਿਕ, ਪੰਥਕ, ਰਾਜਨੀਤਿਕ, ਭਾਵੇਂ ਕਿਸੇ ਵੀ ਪੱਖ ਨੂੰ ਛੂਹਦੇ ਹਨ, ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਤਿੱਖੀ ਨਜ਼ਰ ਰੱਖਣੀ, ਉਹਨਾਂ ਮਸਲਿਆਂ ਨੂੰ, ਉਹਨਾਂ ਸਾਰੇ ਜੋ ਵੀ ਮਸਲੇ ਹਨ, ਮਸਾਇਲ ਹਨ, ਮੁੱਦੇ ਹਨ, ਜੋ ਵੀ ਹਨ, ਉਹਨਾਂ ਦੇ ਉੱਤੇ ਡੂੰਘੀ ਵਿਚਾਰ ਕਰਨੀ ਔਰ ਉਸ ਤੋਂ ਅਗਵਾਈ ਲੈਣੀ। ਪਰ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਰਾ ਕਾਰਜ ਕਰਦਿਆਂ ਜਿਹੜੀ ਸਭ ਤੋਂ ਔਖਿਆਈ ਹੁੰਦੀ ਹੈ, ਉਹ ਹੈ ਆਪਣੀ ਗੱਲ ਨੂੰ ਨਿਡਰਤਾ, ਨਿਰਭੈਤਾ ਔਰ ਨਿਰਵੈਰਤਾ ਦੇ ਨਾਲ ਕਰਨੀ। ਇਹ ਇੱਕ ਕਾਰਜ ਕਹਿ ਦੇਣਾ ਬੜਾ ਆਸਾਨ ਹੈ, ਪਰ ਅਸਲ ਵਿੱਚ, ਅਮਲ ਵਿੱਚ ਉਤਨਾ ਆਸਾਨ ਨਹੀਂ, ਇਹ ਬਹੁਤ ਔਖਾ ਕਾਰਜ ਹੈ। ਕਾਫੀ ਵਿਚਾਰ ਦੇ ਬਾਅਦ, ਕਾਫੀ ਸੋਚ ਦੇ ਬਾਅਦ ਇਸ ਪ੍ਰੋਗਰਾਮ ਦਾ ਜੋ ਨਾਂ ਉਲੀਕਿਆ ਗਿਆ, ਉਹ ਸੀ ਨਿਰਭਉ ਅਤੇ ਨਿਰਵੈਰ। ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਮੁਖਾਰ ਬਿੰਦ ਤੋਂ ਜਦੋਂ ਉਸ ਅਕਾਲ ਪੁਰਖ ਦੇ ਬਾਰੇ ਇਹ ਲਫ਼ਜ਼ ਉਚਾਰੇ ਗਏ, ਜਦੋਂ ਅਕਾਲ ਪੁਰਖ ਦਾ ਬਿਆਨ ਕਰਦਿਆਂ, ਜਦੋਂ ਉਸਦਾ ਚਿਤਰਣ ਕਰਦਿਆਂ ਇਹ ਦੋ ਲਫ਼ਜ਼ ਉਚਾਰੇ ਗਏ, ਨਿਰਭਉ ਅਤੇ ਨਿਰਵੈਰ। ਬਹੁਤ ਛੋਟੇ ਛੋਟੇ ਦੋ ਲਫ਼ਜ਼ ਹਨ ਕਿ ਜਿਸ ਨੂੰ ਕੋਈ ਪੈ ਨਹੀਂ, ਜਿਸ ਦਾ ਕੋਈ ਵੈਰੀ ਨਹੀਂ, ਪਰ ਇਹ ਇੱਕ ਆਦਰਸ਼ ਹੈ, ਕਿਉਂਕਿ ਇਹ ਗੁਣ ਅਕਾਲ ਪੁਰਖ ਦੇ ਹਨ, ਗੁਰ ਪਰਮੇਸ਼ਵਰ ਦੇ ਹਨ, ਉਸ ਨਾਨਕ ਨਿਰੰਕਾਰੀ ਦੇ ਹਨ। ਕੋਈ ਐਸਾ ਬਸ਼ਰ ਇਸ ਦੁਨੀਆ ਵਿੱਚ ਨਹੀਂ ਔਰ ਸ਼ਾਇਦ ਹੋ ਵੀ ਨਹੀਂ ਸਕਦਾ ਜੋ ਇਹਨਾਂ ਦੋ ਗੁਣਾਂ ਦੇ ਨਾਲ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਰਸ਼ਾਰ ਕਰ ਸਕੇ, ਜੋ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਪੂਰਾ ਉਤਰ ਸਕੇ। ਇੱਕ ਐਸੀ ਕਸਵੱਟੀ ਹੈ, ਇੱਕ ਐਸਾ ਪੈਮਾਨਾ ਹੈ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸਵੱਟੀ ਸੋ ਸਹੇ ਜੋ ਮਰਜੀਵਾ ਹੋਏ। ਇੱਕ ਆਦਰਸ਼ ਹੈ ਔਰ ਆਦਰਸ਼ ਇਤਨਾ ਉੱਚਾ ਹੈ ਕਿ ਜਿਹੜਾ ਗੁਰੂ ਔਰ ਗੁਰ ਪਰਮੇਸ਼ਵਰ ਦੇ ਵਿੱਚ ਹੈ ਔਰ ਦੂਸਰੇ ਪਾਸੇ ਅਸੀਂ ਹਾਂ।
ਹੁਣ ਵਿਥ ਬਹੁਤ ਵੱਡੀ ਹੈ, ਵਿਥ ਬਹੁਤ ਜ਼ਿਆਦਾ ਹੈ। ਇਹ ਵਿਥ ਦੂਰ ਕਰਨ ਲਈ ਦੋ ਹੀ ਗੱਲਾਂ ਹੋ ਸਕਦੀਆਂ ਹਨ, ਜਾਂ ਤਾਂ ਉਹ ਆਪਣੇ ਆਪ ਨੂੰ ਥੱਲੇ ਲੈ ਕੇ ਆਏ, ਉਹ ਆਪਣੇ ਉਸ ਨਿਸ਼ਾਨੇ ਤੋਂ, ਉਸ ਮੁਕਾਮ ਤੋਂ ਆਪਣੇ ਆਪ ਨੂੰ ਥੱਲੇ ਕਰੇ, ਜਾਂ ਫਿਰ ਅਸੀਂ ਆਪਣੇ ਆਪ ਨੂੰ ਉਸ ਮੁਕਾਮ ਵੱਲ ਉੱਚਾ ਲੈ ਕੇ ਜਾਈਏ। ਉਹ ਥੱਲੇ ਆਉਣ ਨੂੰ ਤਿਆਰ ਨਹੀਂ, ਅਸੀਂ ਉੱਤੇ ਜਾਣ ਲਈ ਤਿਆਰ ਨਹੀਂ। ਹਨੇਰੇ ਔਰ ਪ੍ਰਕਾਸ਼, ਸੱਚ ਅਤੇ ਝੂਠ, ਉੱਚਤਾ ਅਤੇ ਨੀਵੇਂਪਣ, ਇਹ ਜਿਹੜੇ ਗੁਣ ਹਨ, ਇਹਨਾਂ ਦੋਨਾਂ ਦਾ ਸੁਮੇਲ ਕਰਨ ਦੇ ਲਈ ਉਹ ਕਿਹੜਾ ਢੰਗ ਹੈ ਕਿ ਜਿਹੜੀ ਇਹ ਸਾਡੀ ਦੂਰੀ, ਇਹ ਸਾਡੀ ਵਿਥ ਪੂਰੀ ਤਰ੍ਹਾਂ ਤਾਂ ਪੂਰੀ ਨਹੀਂ ਹੋ ਸਕਦੀ, ਮਿਟ ਨਹੀਂ ਸਕਦੀ, ਪਰ ਇਹ ਦੂਰੀ ਘੱਟੋ ਘੱਟ ਕਿਵੇਂ ਅਸੀਂ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੀਏ, ਅਸੀਂ ਕਿਵੇਂ ਨਿਰਭੈਤਾ ਵੱਲ ਜਾਈਏ, ਅਸੀਂ ਕਿਵੇਂ ਨਿਰਵੈਰਤਾ ਨਾਲ ਜਾਈਏ, ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰਦਿਆਂ, ਇਹਨਾਂ ਨੂੰ ਵਿਚਾਰ ਕਰਨ ਲਈ ਇਹ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਦੁਨੀਆ ਦੇ ਵੱਖ ਵੱਖ ਫਿਲਾਸਫਰਸ ਨੇ, ਫਲਸਫਿਆਂ ਦੇ ਵਿੱਚ ਵੀ ਇਹ ਸਵਾਲ ਪੇਸ਼ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਇਨਸਾਨ ਨਿਡਰ ਹੋ ਸਕਦਾ ਹੈ, ਡਰ ਦਾ ਕਾਰਨ ਕੀ ਹੈ, ਡਰ ਦੀ ਬੁਨਿਆਦ ਕੀ ਹੈ, ਔਰ ਨਿਰਵੈਰ ਕਿੱਦਾਂ ਹੋ ਸਕਦਾ ਹੈ। ਕਹਿ ਦੇਣ ਨੂੰ ਕਿਹਾ ਜਾ ਸਕਦਾ ਹੈ ਕਿ ਮੈਂ ਨਿਰਵੈਰ ਹਾਂ, ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ, ਪਰ ਜੇਕਰ ਵੇਖਿਆ ਜਾਏ ਹਰ ਕਮਜ਼ੋਰ ਆਦਮੀ, ਹਰ ਤਾਕਤਵਹੀਣ ਮਨੁੱਖ, ਜਾਂ ਹਰ ਮੁਫਲਸ ਗਰੀਬ ਜਿਸ ਕੋਲ ਕੁਛ ਵੀ ਨਹੀਂ ਹੈ, ਜਿਸ ਵੱਲ ਕੋਈ ਸਾਧਨ ਨਹੀਂ ਹੈ, ਉਹ ਬੜੀ ਆਸਾਨੀ ਦੇ ਨਾਲ ਇਹ ਗੱਲ ਕਹਿ ਸਕਦਾ ਹੈ ਕਿ ਮੈਂ ਨਿਰਵੈਰ ਹਾਂ। ਪਰ ਨਿਰਵੈਰ ਕਈ ਵਾਰ ਕਮਜ਼ੋਰੀ ਦੀ ਨਿਸ਼ਾਨੀ ਹੁੰਦੀ ਹੈ, ਪਰ ਜੇਕਰ ਤਾਕਤ ਹੁੰਦਿਆਂ ਹੋਇਆਂ, ਮਾਣ ਹੁੰਦਿਆਂ ਹੋਇਆਂ, ਤਾਣ ਹੁੰਦਿਆਂ ਹੋਇਆਂ ਅਗਰ ਕੋਈ ਨਿਰਵੈਰ ਰਹਿ ਸਕੇ ਤਾਂ ਇਹ ਗੱਲ ਪੂਰੀ ਹੁੰਦੀ ਹੈ। ਜਿਸ ਕੋਲ ਤਾਕਤ ਆ ਜਾਂਦੀ ਹੈ ਉਹ ਆਪਣੇ ਵਿਰੋਧੀਆਂ ਨੂੰ ਡੇਗਦਾ ਹੈ, ਉਹ ਫਿਰ ਅਸੂਲ ਨੂੰ ਨਹੀਂ, ਉਹ ਇਹ ਕਦੀ ਬਰਦਾਸ਼ਤ ਨਹੀਂ ਕਰੇਗਾ ਕਿ ਮੇਰਾ ਕੋਈ ਵਿਰੋਧੀ ਵੀ ਖੜਾ ਹੋਏ। ਉਹ ਨਿਰਵੈਰ ਨਹੀਂ ਰਹਿ ਸਕਦਾ, ਭਾਵੇਂ ਉਹ ਕੋਈ ਘਰ ਦੇ ਵਿੱਚ ਹੋਏ, ਕੋਈ ਨਿੱਜੀ ਵਿਅਕਤੀ ਹੋਏ, ਕੋਈ ਸਮਾਜ ਦਾ ਛੋਟਾ ਅੰਗ ਹੋਏ, ਵੱਡੇ ਸਮਾਜ ਦਾ ਅੰਗ ਹੋਏ, ਕੋਈ ਮੁਲਕ ਹੋਣ ਜਾਂ ਬਹੁਤ ਵੱਡੀਆਂ ਕੋਈ ਸੰਸਥਾਵਾਂ ਹੋਣ, ਤਾਕਤ ਹੁੰਦਿਆਂ ਹੋਇਆਂ ਨਿਰਵੈਰ ਰਹਿਣਾ, ਇਹ ਨਿਰਭਉ ਅਤੇ ਨਿਰਵੈਰ ਦੀ ਉਹ ਅਗੰਮੀ ਔਰ ਆਖਰਤ ਜਿਹੜੀ ਹੈ ਇਸ ਨੂੰ ਕਿਹਾ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹਵਾਲਾ ਦਿੱਤਾ ਜਾ ਸਕਦਾ ਹੈ, ਉਹਨਾਂ ਦਾ ਹਵਾਲਾ ਅਸੀਂ ਦੇ ਸਕਦੇ ਹਾਂ। ਚਾਰੋਂ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਿਤਾ ਜੀ ਸ਼ਹੀਦ ਹੋ ਗਏ, ਸਿੰਘ ਵੀ ਬੇਦਾਵਾ ਦੇ ਗਏ ਸਨ। ਸਾਰਾ ਕੁਛ ਹੋਣ ਦੇ ਬਾਵਜੂਦ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਔਰੰਗਜ਼ੇਬ ਨੂੰ ਉਹ ਖਤ ਲਿਖਿਆ, ਉਹ ਜੋ ਜ਼ਫਰਨਾਮਾ ਲਿਖਿਆ, ਉਸਦੇ ਅਲਫਾਜ਼, ਉਸਦੇ ਲਫਜ਼ ਕੀ ਸਨ? ਔਰੰਗਜ਼ੇਬ ਨੂੰ ਸਭ ਕੁਝ ਹੁੰਦਿਆਂ ਉਹ ਲਿਖ ਰਹੇ ਹਨ, ਐ ਔਰੰਗਜ਼ੇਬ, ਤੇਰੇ ਨਾਂ ਦੇ ਅੱਗੇ ਔਰੰਗਜ਼ੇਬ ਨਹੀਂ ਟੁੱਕਦਾ, ਤੂੰ ਅਗਰ ਫਰੇਬ ਕਰਨਾ ਹੈ ਤਾਂ ਆਪਣੇ ਨਾਮ ਦੇ ਅੱਗੋਂ ਔਰੰਗਜ਼ੇਬ ਲਫਜ਼ ਹਟਾ ਲੈ। ਔਰ ਨਾਲ ਉਸਨੂੰ ਕਿਹਾ ਕਿ ਜੇਕਰ ਜਿਸ ਦੇ ਉੱਤੇ ਹੋਮਾ ਰੂਪੀ ਪਰਿੰਦੇ ਦਾ ਸਾਇਆ ਹੋ ਜਾਏ, ਜਿਸ ਦੇ ਉੱਤੇ ਉਸ ਮਿਥਿਹਾਸਕ ਪੰਛੀ ਹੁਮਾ ਦਾ ਸਾਇਆ ਹੋ ਜਾਏ, ਦੁਨੀਆ ਦੀ ਕੋਈ ਤਾਕਤ ਉਸਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ। ਔਰੰਗਜ਼ੇਬ ਨੂੰ ਕਹਿ ਰਹੇ ਹਨ, ਹੁਮਾਰਾ ਕਸੇ ਸਾਏ ਆਇਤ ਬਜ਼ੇਰ, ਬਰੋ ਦਸਤ ਦਾਰਦ ਨ ਜਾਗੇ ਦਲੇਰ। ਐ ਔਰੰਗਜ਼ੇਬ, ਮੇਰੇ ਸਿਰ ਦੇ ਉੱਤੇ ਪਰਮਾਤਮਾ ਦੇ ਹੁਮਾ ਰੂਪੀ ਉਹ ਸਾਇਆ ਹੈ, ਪਰਮਾਤਮਾ ਦੇ ਨਾਮ ਦਾ
ਹੋਮਾ ਰੂਪੀ ਉਹ ਸਾਇਆ ਹੈ, ਤੇਰੇ ਵਰਗੇ ਕਾਂ ਮੇਰਾ ਕੀ ਵਿਗਾੜ ਸਕਦੇ ਹਨ। ਨਿਡਰਤਾ, ਨਿਰਭੈਤਾ ਔਰ ਨਿਰਵੈਰਤਾ ਦੀ ਅਦੁੱਤੀ ਮਿਸਾਲ ਪੇਸ਼ ਕਰਦੇ ਹੋਏ ਔਰੰਗਜ਼ੇਬ ਨੂੰ ਉਹ ਲਿਖ ਰਹੇ ਹਨ, ਜਿਹਾ ਛੁੱਤ ਕੇ ਚੂ ਬੱਚਗਾਂ ਕੁਸ਼ਤਾ ਚਾਰ ਕਿ ਬਾਕੀ ਬਮਾ ਦਸਤ ਪੇਚੀ ਦਾ ਮਾਰ। ਤੂੰ ਚਾਰ ਅੰਗਾਰੇ ਬੁਝਾ ਦਿੱਤੇ ਹਨ, ਕੀ ਹੋਇਆ ਜੇਕਰ ਤੂੰ ਚਾਰ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਹਨ, ਜਿਹਾਂ ਛੁੱਤ ਕੇ ਚੂ ਬੱਚਗਾਂ ਕੁਸ਼ਤਾ ਚਾਰ ਕਿ ਬਾਕੀ ਬਮਾ ਦਸਤ ਪੇਚੀ ਦਾ ਮਾਰ। ਪਰ ਹਾਲੇ ਤਾਂ ਉਹ ਕੁੰਡਲੀਦਾਰ ਸੱਪ ਬਾਕੀ ਹੈ। ਮਾਰ ਫਾਰਸੀ ਦੇ ਵਿੱਚ ਸੱਪ ਨੂੰ ਕਿਹਾ ਜਾਂਦਾ ਹੈ, ਸੰਸਕ੍ਰਿਤ, ਪੰਜਾਬੀ ਔਰ ਹਿੰਦੀ ਵਿੱਚ ਉਸ ਨੂੰ ਭੁਜੰਗ ਕਿਹਾ ਜਾਂਦਾ ਹੈ। ਸਾਹਿਬ ਔਰੰਗਜ਼ੇਬ ਨੂੰ ਕਹਿ ਰਹੇ ਹਨ ਕਿ ਕੀ ਹੋਇਆ ਜੇਕਰ ਚਾਰ ਬੱਚੇ ਸ਼ਹੀਦ ਹੋ ਗਏ, ਅਜੇ ਤਾਂ ਪੇਚੀ ਦਾ ਮਾਰ ਉਹ ਕੁੰਡਲੀਦਾਰ ਸੱਪ ਬਾਕੀ ਹੈ। ਔਰ ਇਸ ਨਿਰਭੈਤਾ, ਨਿਡਰਤਾ ਔਰ ਨਿਰਵੈਰਤਾ ਨੂੰ ਇੰਸਟੀਟਿਊਸ਼ਨਲਾਈਜ਼ ਕਰਦਿਆਂ, ਇਸ ਨੂੰ ਪੱਕੇ ਪੈਰੀਂ ਕਰਦਿਆਂ ਹਜ਼ੂਰ ਨੇ ਇੱਕ ਅਸੂਲ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਬੱਚਾ ਹਜ਼ੂਰ ਦੀ ਉਮਤ ਦੇ ਵਿੱਚ ਪੈਦਾ ਹੋਇਆ, ਜੰਮਿਆ ਹੋਇਆ ਕੋਈ ਵੀ ਬੱਚਾ, ਜਦੋਂ ਉਸ ਨੂੰ ਨਾਮ ਦੇ ਲਈ ਪੇਸ਼ ਕੀਤਾ ਜਾਏਗਾ, ਇਹ ਕਿਹਾ ਜਾਏਗਾ ਇਸ ਸੱਪ ਦੇ ਬੱਚੇ ਨੂੰ ਨਾਮ ਦਿੱਤਾ ਜਾਏ, ਇਸ ਦੇ ਅੰਦਰ ਕੁਝ ਜ਼ਹਿਰ ਭਰੀ ਜਾਏ, ਇਸ ਪਚੰਗੀ ਨੂੰ ਨਾਮ ਦੀ ਦਾਤ ਦਿੱਤੀ ਜਾਏ, ਇਸ ਦਾ ਨਾਮਕਰਣ ਕੀਤਾ ਜਾਏ। ਪਚੰਗੀ ਸੱਪ ਦੇ ਬੱਚੇ ਨੂੰ ਕਹਿੰਦੇ ਹਨ। ਇਹ ਨਿਰਭੈਤਾ, ਨਿਡਰਤਾ, ਇਹ ਦੋਨੋਂ ਚੀਜ਼ਾਂ ਦਾ ਸੁਮੇਲ ਕਰਨਾ, ਸਾਨੂੰ ਇਹ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਅਸੀਂ ਆਉਣ ਵਾਲੇ ਜਿੰਨੇ ਵੀ ਪ੍ਰੋਗਰਾਮ ਹੋਣਗੇ, ਜਿੰਨੇ ਵੀ ਮਸਲੇ ਹੋਣਗੇ, ਜਿਹੜੇ ਵੀ ਅਸੀਂ ਇਸ਼ੂਜ਼ ਚੁੱਕਾਂਗੇ, ਸਾਡੀ ਕੋਸ਼ਿਸ਼, ਸਾਡੇ ਸਾਹਮਣੇ ਸਨਮੁਖ ਇਹ ਹੋਏਗਾ ਅਸੀਂ ਨਿਰਭਉ, ਨਿਰਵੈਰ ਕਿਸ ਤਰੀਕੇ ਦੇ ਨਾਲ ਇਸ ਦੇ ਨੇੜੇ ਜਾਈਏ, ਕਿਸ ਤਰ੍ਹਾਂ ਅਸੀਂ ਨਿਡਰ ਹੋ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਨਿਰਭਉ ਹੋ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਨਿਰਵੈਰ ਹੋ ਸਕਦੇ ਹਾਂ, ਇਸ ਦੇ ਬਾਰੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹੁੰਦੇ ਹਾਂ। ਸਾਹਮਣੇ ਦਿੱਤੇ ਹੋਏ ਨੰਬਰ 7188050320 ਦੇ ਉੱਤੇ ਅਸੀਂ ਮਿਲ ਬੈਠ ਕੇ ਇਹਨਾਂ ਮਸਲਿਆਂ ਦਾ ਹੱਲ ਕਰੀਏ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਔਰ ਤਾਂ ਕਿ ਅਸੀਂ ਆਪਣੀ ਮੰਜ਼ਲੇ ਮਕਸੂਦ ਵੱਲ ਪਹੁੰਚ ਸਕੀਏ। ਜਬ ਲਗ ਦੁਨੀਆ ਰਹੀਏ, ਨਾਨਕ ਕਿਛ ਸੁਣੀਏ ਕਿਛ ਕਹੀਏ, ਇਸ ਮੁੱਦੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਇਸ ਅਸੂਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਦਿੱਤੇ ਹੋਏ ਨੰਬਰ 'ਤੇ ਜਿਹੜਾ ਸਾਹਮਣੇ ਸਕਰੀਨ ਦੇ ਉੱਤੇ ਹੈ, ਤਾਂ ਕਿ ਅਸੀਂ ਇਸ ਬਾਰੇ ਹੋਰ ਵਿਚਾਰ ਕਰ ਸਕੀਏ। ਔਰ ਇਹ ਜੋ ਨਿਸ਼ਾਨਾ, ਬਹੁਤ ਵੱਡਾ ਨਿਸ਼ਾਨਾ ਹੈ, ਨਾਲ ਹੀ ਅਸੀਂ ਅਰਦਾਸ ਵੀ ਕਰੀਏ ਕਿ ਸਾਨੂੰ ਉਹ ਮਾਲਕ ਸਹਾਈ ਹੋਵੇ, ਸਾਡੇ ਅੰਦਰ ਉਹ ਜੁਰਅਤ, ਦਲੇਰੀ ਭਰਨ ਦੀ ਕੋਸ਼ਿਸ਼ ਕਰੇ ਜਿਹੜੀ ਜਿਸ 'ਤੇ ਅਸੀਂ ਤਲਬਗਾਰ ਹਾਂ। ਸੋ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਮੁੜ ਹਾਜ਼ਰ ਹੋਵਾਂਗੇ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੂਝਵਾਨ ਸਰੋਤਿਆਂ ਅਤੇ ਦਰਸ਼ਕਾਂ ਦਾ ਬ੍ਰੇਕ ਦੇ ਬਾਅਦ ਮੁੜ ਨਿੱਘਾ ਸਵਾਗਤ ਹੈ। ਬਹੁਤ ਹੀ ਔਖੀ ਇਨਸਾਨੀ ਫਿਤਰਤ, ਨਿਰਭੈ ਅਤੇ ਨਿਰਵੈਰ, ਜੋ ਕੇਵਲ ਉਹ ਗੁਰ ਪਰਮੇਸ਼ਵਰ ਹੋ ਸਕਦਾ ਹੈ ਜਾਂ ਕੇਵਲ ਪਰਮਾਤਮਾ ਹੀ ਹੋ ਸਕਦਾ ਹੈ, ਪਰ ਨਿਸ਼ਾਨਾ ਮਿੱਥਣ ਵਿੱਚ ਸਾਨੂੰ ਉਸ ਪਾਸੇ ਤੁਰਨ ਦੀ ਪ੍ਰੇਰਣਾ ਲੱਭਦੀ ਹੈ, ਮਿਲਦੀ ਹੈ। ਸੋ ਇਹ ਬਹੁਤ ਗੰਭੀਰ ਵਿਸ਼ੇ ਦੇ ਉੱਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨਾ ਚਾਹੁੰਦੇ ਹਾਂ, ਔਰ ਤੁਹਾਡੀਆਂ ਕਾਲਸ ਵੀ ਲਵਾਂਗੇ ਕਿ ਤੁਸੀਂ ਸਾਨੂੰ ਗਾਈਡ ਕਰੋ, ਅਸੀਂ ਮਿਲ ਕੇ ਕੋਈ ਤੁਹਾਨੂੰ ਸਰਮਨਸ ਦੇਣ ਲਈ, ਉਪਦੇਸ਼ ਦੇਣ ਲਈ ਜਾਂ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਗੱਲ ਕਰਨ ਲਈ ਨਹੀਂ ਆਏ। ਆਵੋ ਭੈਣੇ ਗੱਲ ਮਿਲਾ, ਅੰਕ ਸਹੇਲੜੀਆਂ, ਮਿਲ ਕੇ ਕਰੋ ਕਹਾਣੀਆਂ ਸਮਰੱਥ ਕੰਤਕੀਆਂ। ਅਸੀਂ ਸਾਰੇ ਹੀ ਸਿੱਖ ਹਾਂ, ਵਿਦਿਆਰਥੀ ਹਾਂ, ਹਮ ਸਫ਼ਰ ਹਾਂ, ਇਸ ਸਫ਼ਰ ਦੇ ਵਿੱਚ
ਅਸੀਂ ਮਿਲ ਕੇ ਇਸ ਗੰਭੀਰ ਵਿਸ਼ੇ 'ਤੇ ਵਿਚਾਰ ਕਰੀਏ। ਤੁਹਾਡੀਆਂ ਕਾਲਸ। ਹਾਂਜੀ, ਹੈਲੋ, ਕੌਣ ਬੋਲ ਰਹੇ ਜੀ? ਹੈਲੋ, ਸਤਿ ਸ਼੍ਰੀ ਅਕਾਲ ਨਾਮਾ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ ਤੁਸੀਂ? ਮੈਂ ਜੀ ਇੰਦੂ ਖੁਰਾਨਾ ਵਰਜੀਨੀਆ ਤੋਂ ਬੋਲ ਰਹੀ ਹਾਂ। ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਜੀ ਆਇਆਂ ਨੂੰ। ਤੁਸੀਂ ਨਿਰਭਉ ਤੇ ਨਿਰਵੈਰ ਦੀ ਇੰਨੀ ਅੱਛੀ ਵਿਆਖਿਆ ਕਰਕੇ ਆਲਰੇਡੀ ਸਾਨੂੰ ਦੱਸ ਦਿੱਤੀ ਹੈ ਜੀ 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 ਜੀ। ਤੇ ਤੁਸੀਂ ਇੰਨੀਆਂ ਡੂੰਘੀਆਂ ਤੇ ਇੰਨੀਆਂ ਅੱਛੀਆਂ ਗੱਲਾਂ ਕਰਦੇ ਹੋ ਜੀ ਜੀ, ਤੁਹਾਡੀ ਤਾਰੀਫ ਦੇ ਕਾਬਿਲ ਸਾਡੇ ਕੋਲ ਵਰਡਸ ਨਹੀਂ ਹੈਗੇ। ਤੇ ਮੈਂ ਤੁਹਾਨੂੰ ਹਮੇਸ਼ਾ ਪਹਿਲਾਂ ਵੀ ਸੁਣਿਆ ਹੈਗਾ ਜੀ ਜੀ। ਤੇ ਆਈ ਐਮ ਸੋ ਹੈਪੀ ਕਿ ਤੁਸੀਂ ਗੈਟ ਪੰਜਾਬੀ ਤੇ ਆ ਗਏ ਹੋ। ਤੇ ਮੈਂ ਦੂਜੀ ਗੱਲ ਇਹ ਵੀ ਆਫ ਦਾ ਟਾਪਿਕ ਨਹੀਂ ਜਾਣਾ ਚਾਹੁੰਦੇ। ਹਾਂਜੀ, ਇੰਨੀ ਖੁਸ਼ੀ ਹੋ ਰਹੀ ਹੈ ਨਾ ਵੀ ਉਹਦੇ ਵਾਸਤੇ ਕੋਈ ਸ਼ਬਦ ਨਹੀਂ ਬਿਆਨ ਕਰਨ ਵਾਸਤੇ ਤੁਹਾਨੂੰ ਦੇਖ ਕੇ। ਚਲੋ, ਇਹ ਤੁਹਾਡਾ ਤੁਹਾਡੀ ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਮਿਲਦਾ ਹੈ। ਠੀਕ ਹੈ, ਤੁਸੀਂ ਇੰਨੀ ਅੱਛੀ ਤਰ੍ਹਾਂ ਐਕਸਪਲੇਨ ਕਰਦੇ ਹੋ ਸਾਰਾ ਕੁਝ ਕਿ ਜਿਹਨੂੰ ਕੁਝ ਨਹੀਂ ਆਉਂਦਾ ਸਾਡੇ ਵਰਗਿਆਂ ਨੂੰ ਉਹਨਾਂ ਨੂੰ ਵੀ ਸਮਝ ਆ ਜਾਂਦਾ ਹੈ। ਚਲੋ, ਤੁਸੀਂ ਤੇ ਆ ਗਏ ਹੋ ਤੇ ਮੈਂ ਚਾਹਾਂਗੀ ਕਿ ਆਪਣੇ ਹੈਰੀ ਮਲਹੋਤਰਾ ਜੀ ਵੀ ਆ ਜਾਂਦੇ ਇੱਥੇ ਹੀ। ਚਲੋ, ਗੱਲ ਇਹ ਹੈਗੀ ਹੈ ਇਹ ਸਾਰੇ ਬਾਕੀ ਉਹਨਾਂ ਨਾਲ ਤੇ ਸੋਨੇ ਤੇ ਸੁਹਾਗਾ ਹੋ ਜਾਏਗਾ ਜੇ ਹੈਰੀ ਆ ਜਾਏ ਤੁਹਾਡੇ ਨਾਲ। ਜੀ ਜੀ ਜੀ, ਇਹ ਸਾਰਾ ਪ੍ਰੋਗਰਾਮ ਵੰਡਰਫੁਲ ਸੀ। ਜਿਹੜੇ ਜਰਨੈਲ ਸਿੰਘ ਜੀ ਨੇ ਉਹਨਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ, ਉਹਨਾਂ ਨੂੰ ਵੀ ਜ਼ਰੂਰ ਇਸ ਚੈਨਲ ਤੇ ਲੈ ਕੇ ਆਉਣ। ਠੀਕ ਹੈ ਜੀ, ਤੁਹਾਡਾ ਸੁਨੇਹਾ ਪਹੁੰਚ ਗਿਆ ਜੀ। ਹੋਰ ਹੀ ਬੁਲੰਦੀਆਂ ਛੂਏਗਾ ਤੇ ਬੜੀ ਸਕਸੈਸ ਹੋਰ ਹੋਏਗੀ। ਠੀਕ ਹੈ ਜੀ, ਠੀਕ ਹੈ। ਤੁਹਾਡਾ ਜੀ ਦੇ ਤੁਹਾਡੇ ਬਹੁਤ ਹੀ ਫੈਨ ਆਲ ਓਵਰ ਅਮਰੀਕਾ ਨੇ। ਠੀਕ ਹੈ, ਤੁਹਾਡਾ ਸੁਨੇਹਾ ਪਹੁੰਚ ਗਿਆ। ਬਹੁਤ ਬਹੁਤ ਧੰਨਵਾਦ ਔਰ ਹੌਸਲਾ ਅਫਜ਼ਾਈ ਲਈ, ਤਾਂ ਕਿ ਸਾਡੀ ਕੋਸ਼ਿਸ਼ ਹੈ ਹੈਪੀ ਨਿਊ ਇਅਰ ਤੁਹਾਨੂੰ ਸਾਰਿਆਂ ਨਾਲ ਇਦਾਂ ਹੀ ਇਹ ਤਰੱਕੀਆਂ ਕਰਦਾ ਰਹੇ ਜੀ। ਅੱਛਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹੈਲੋ, 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 ਹਾਂਜੀ, ਕੌਣ ਬੋਲ ਰਹੇ ਜੀ? ਜੀ ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਪਹਿਲੇ ਤੋਂ ਮਮਤਾ ਬੋਲਦੀ ਆ ਤੇ ਹੈਪੀ ਨਿਊ ਇਅਰ ਤੁਹਾਨੂੰ ਸਾਰਿਆਂ ਨੂੰ, ਤੁਹਾਨੂੰ ਵੀ, ਤੁਹਾਡੀ ਆਲ ਫੈਮਿਲੀ ਨੂੰ, ਸਾਡੇ ਪੂਰੇ ਪਰਿਵਾਰ ਵੱਲੋਂ। ਤੁਹਾਨੂੰ ਦੇਖ ਕੇ ਇੰਨੀ ਖੁਸ਼ੀ ਹੋਈ ਆ ਜੀ ਜੀ, ਦੱਸ ਨਹੀਂ ਸਕਦੀ, ਕਿਉਂਕਿ ਕਾਫੀ ਅਰਸਾ ਹੋ ਗਿਆ ਸੀ ਤੁਹਾਡੇ ਦਰਸ਼ਨ ਨਹੀਂ ਪਾਏ ਤੇ ਅੱਜ ਤੱਕ ਗੈਟ ਪੰਜਾਬੀ ਵਾਲੇ ਸਾਨੂੰ ਝਟਕੇ ਤੇ ਝਟਕਾ ਹੀ ਦੇ ਰਹੇ ਨੇ। ਪਤਾ ਨਹੀਂ ਕਿੰਨੇ ਕ ਵਡਮੁੱਲੇ ਮੋਤੀ ਨੇ ਜਿਨ੍ਹਾਂ ਨੂੰ ਹੌਲੀ ਹੌਲੀ ਕਰਕੇ ਮਾਲਾ ਚ ਪਰੋ ਰਹੇ ਆ। ਬਟ ਆਈ ਐਮ ਸੋ ਹੈਪੀ, ਆਈ ਐਮ ਗਲੈਡ ਕਿ ਉਹ ਤੁਹਾਨੂੰ ਇਸ ਚੈਨਲ ਤੇ ਲੈ ਕੇ ਆਏ। ਤੇ ਮੈਂ ਵੀ ਇੰਦੂ ਜੀ ਦੇ ਨਾਲ ਸਹਿਮਤ ਹਾਂ ਕਿ ਤੁਹਾਡਾ ਨਿਰਭਉ ਤੇ ਨਿਰਵੈਰ ਦਾ ਇੰਨਾ ਸੋਹਣਾ ਟੌਪਿਕ ਤੁਸੀਂ ਲੈ ਕੇ ਆਏ, ਇੰਨੀ ਡੂੰਘਾਈ ਚ ਜਾ ਕੇ ਤੁਸੀਂ ਵਿਆਖਿਆ ਕਰਦੇ ਹੋ। ਜਿਹੜੇ ਮੇਰੇ ਵਰਗੇ ਮੂਰਖ ਬੰਦਿਆਂ ਨੂੰ ਕੁਛ ਪਤਾ ਵੀ ਨਹੀਂ, ਉਹਨੂੰ ਵੀ ਥੋੜੀ ਬਹੁਤੀ ਸੂਝ ਆ ਜਾਂਦੀ ਆ, ਅਕਲ ਆ ਜਾਂਦੀ ਆ। ਜੀ ਜੀ, ਮੈਂ ਵੀ ਇਹੀ ਦਰਖਾਸਤ ਕਰਦੀ ਆ ਤੁਹਾਡੇ ਗੈਟ ਪੰਜਾਬੀ ਦੇ ਚੈਨਲ ਵਾਲੇ ਸਾਰਿਆਂ ਨੂੰ, ਜਿਹੜੀ ਕਮੇਟੀ ਆ, ਪਲੀਜ਼ ਜਿੱਦਾਂ ਤੁਸੀਂ ਸਾਡੇ ਲਾਂਬਾ ਸਾਹਿਬ ਨੂੰ ਲੈ ਕੇ ਆਏ ਆ ਨਾ, ਓਦਾਂ ਹੀ ਸਾਡੇ ਹੈਰੀ ਮਲਹੋਤਰਾ ਨੂੰ ਵੀ ਲੈ ਕੇ ਆਓ ਤੇ ਵਾਕਿਆ ਹੀ ਸੋਨੇ ਤੇ ਸੁਹਾਗਾ ਹੋ ਜੂਗਾ। ਸਾਡੀ ਤਾਕੀਦ ਆ, ਅਸੀਂ ਉਹ ਸੁਣ ਰਹੇ ਹੋਣ ਤਾਂ ਜ਼ਰੂਰ ਇਸ ਗੱਲ ਤੇ ਨਾ ਥੋੜਾ ਜਿਹਾ ਸੋਚਣ। ਜ਼ਰੂਰ, ਬਹੁਤ ਤੁਹਾਡਾ ਜੀ, ਤੁਹਾਡਾ ਸੁਨੇਹਾ ਮੈਨੇਜਮੈਂਟ ਤੱਕ ਵੀ ਚਲਾ ਗਿਆ ਤੇ ਉਮੀਦ ਹੈ ਕਿ ਉਹ ਵੀ ਸੁਣ ਰਹੇ ਹੈਗੇ ਹੈ ਔਰ ਤੁਹਾਡੀਆਂ ਅਸੀਸਾਂ ਔਰ ਜਿਹੜੇ ਸਹਿਯੋਗ ਹੈ ਇਹ ਚੈਨਲ ਲਈ ਬਹੁਤ ਵਡਮੁੱਲਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਸੁਰਜੀਤ ਬੋਲ ਰਹੀ ਹਾਂ, ਨਿਊਯਾਰਕ ਤੋਂ। ਹਾਂਜੀ ਜੀ, ਆਇਆਂ ਨੂੰ ਦੱਸੋ, ਹੁਕਮ ਕਰੋ ਕਿ ਇਸ ਪ੍ਰੋਗਰਾਮ ਦੇ ਬਾਰੇ ਔਰ ਇਸ ਇਸ਼ੂ ਬਾਰੇ। ਬਾਅਦ ਦੇਖਿਆ ਜੀ, ਕੰਗ੍ਰੈਚੁਲੇਸ਼ਨਸ ਤੁਹਾਡਾ ਸ਼ੋਅ, ਪਹਿਲਾਂ ਵੀ ਤੁਸੀਂ ਜਸਟ ਪੰਜਾਬੀ ਤੇ ਕਰਦੇ ਸੀ ਜੀ, ਤੁਸੀਂ ਰੈਗੂਲਰਲੀ ਦੇਖਦੇ ਸੀ, ਸੋ ਯੂ ਨੋ ਜੀ ਜੀ, ਕੰਗ੍ਰੈਚੁਲੇਸ਼ਨਸ ਫॉर ਯਰ ਨਿਊ ਸ਼ੋਅ ਐਂਡ ਹਮੇਸ਼ਾ ਤੁਹਾਡੇ ਸ਼ੋਅ ਤੋਂ ਬਹੁਤ ਅਹਿਮ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ। ਬਟ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਆ ਲਾਬਾ ਜੀ, ਜੀ ਜਿੱਦਾਂ ਹੁਣ ਯੰਗ ਇੱਕ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਜਿਹੜੀ ਤੁਹਾਡੀ ਪੰਜਾਬੀ ਹੈ ਉਹ ਯੂ ਨੋ ਬਹੁਤ ਪਿਓਰ ਪੰਜਾਬੀ ਤੁਸੀਂ ਬੋਲਦੇ ਹੋ ਜੀ, ਬਟ ਕੁਛ ਗੱਲਾਂ ਨਾਲ ਸਾਨੂੰ ਯੰਗ ਜਨਰੇਸ਼ਨ ਨੂੰ ਨਹੀਂ ਸਮਝ ਆ ਪਾਉਂਦੀ ਕਿਉਂਕਿ ਸਾਡਾ ਬ੍ਰੌਟਅਪ ਇੱਥੇ ਦਾ ਹੈਗਾ। ਸੋ ਇਹੋ ਰਿਕੁਐਸਟ ਹੈ ਕਿਉਂਕਿ ਅਸੀਂ ਤੁਹਾਡੀ ਗੱਲਾਂ ਵਿੱਚ ਸਾਨੂੰ ਬਹੁਤ ਦਿਲਚਸਪੀ ਕਿਉਂਕਿ ਤੁਸੀਂ ਸਿੱਖ ਇਤਿਹਾਸ ਦੇ ਬਾਰੇ ਸਾਨੂੰ ਦੱਸਦੇ ਹੋ, ਜੇਕਰ ਤੁਸੀਂ ਮਾੜਾ ਜਿਹਾ ਹੋਰ ਐਕਸਪਲੇਨ ਕਰੋ। ਹਾਂ, ਤੁਸੀਂ
ਬਿਲਕੁਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹੋ ਸਾਰੀ ਜਿਹੜੀ ਵੀ ਤੁਸੀਂ ਗੱਲਾਂ ਕਹਿੰਦੇ ਹੋ ਜੀ, ਜੇਕਰ ਉਹਨੂੰ ਤਾਂ ਹੋਰ ਯੂ ਨੋ ਐਕਸਪਲੇਨ ਕਰ ਦੋਗੇ ਤਾਂ ਅਸੀਂ ਹੋਰ ਤੁਹਾਡੇ ਨਾਲ ਜੁੜ ਸਕਾਂਗੇ, ਸਾਡੇ ਲਈ ਹੋਰ ਸਾਰੀ ਗੱਲ ਨੂੰ ਸਮਝਣਾ ਆਸਾਨ ਹੋ ਜਾਏਗਾ। ਬਸ ਇਹੋ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਐਂਡ ਗੁੱਡ ਲੱਕ ਫॉर ਯੂ। ਥੈਂਕ ਯੂ, ਸ਼ੁਕਰੀਆ ਬਹੁਤ ਬਹੁਤ। ਬਾਕੀ ਰਹਿ ਗਈ ਗੱਲ ਪੰਜਾਬੀ ਦੀ ਜਾਂ ਜ਼ਬਾਨ ਦੀ, ਕਿਉਂਕਿ ਕਿਸੇ ਵੀ ਵਿਸ਼ੇ ਦੀ ਉਹ ਭਾਸ਼ਾ ਹੁੰਦੀ ਹੈ। ਜੇਕਰ ਹੁਣ ਸਾਨੂੰ ਕਾਨੂੰਨ ਦੀ ਪੜ੍ਹਾਈ ਕਰਨੀ ਹੈ, ਲਾਅ ਦੀ, ਸਾਨੂੰ ਲੈਟਿਨ ਪੜ੍ਹਨੀ ਪਏਗੀ। ਜੇਕਰ ਸ਼ੇਕਸਪੀਅਰ ਨੂੰ ਪੜ੍ਹਨਾ ਹੈ, ਸਮਝਣਾ, ਉਹ ਪੁਰਾਣੀ ਅੰਗਰੇਜ਼ੀ ਜਿਹੜੀ ਸ਼ੇਕਸਪੀਅਰਨ ਸਟਾਈਲ ਹੈਗੀ ਆ ਉਹ ਸਮਝਣੀ ਪਏਗੀ। ਇਸ ਤਰੀਕੇ ਦੇ ਨਾਲ ਇਹ ਜਿਹੜੇ ਅਧਿਆਤਮ ਦੇ ਜਾਂ ਹੋਰ ਜਿਹੜੇ ਇਤਿਹਾਸ ਦੇ ਹਨ, ਇਹਨਾਂ ਦੀ ਆਪਣੀ ਸ਼ਬਦਾਵਲੀ, ਆਪਣੀ ਵੋਕੈਬਲਰੀ ਜਿਹੜੀ ਹੈ ਉਹ ਸਹਿਜੇ ਸਹਿਜੇ ਸਲੋਲੀ ਹੋ ਸਕਦੀ ਹੈ। ਪਰ ਕਈ ਵਾਰੀ ਜੇ ਉਹ ਜ਼ਿਆਦਾ ਅਸੀਂ ਕੋਸ਼ਿਸ਼ ਕਰਕੇ ਇਹਦਾ ਕਾਕਟੇਲ ਬਣਾ ਦਈਏ ਤਾਂ ਉਹ ਇੱਦਾਂ ਨਾ ਹੋ ਜਾਏ, ਉਹ ਜਿਵੇਂ ਡਾਕਟਰ ਨੇ ਪੁੱਛਿਆ ਬੱਚੇ ਨੂੰ, ਡਜ਼ ਯੂਅਰ ਸਨ ਸਲੀਪ ਵੈਲ ਐਂਡ ਈਟ ਵੈਲ, ਕਹਿੰਦੀ ਹੈ ਨਾ ਈਟਦਾ ਨਾ ਸਲੀਪਦਾ, ਵੀਪਦਾ ਹੀ ਵੀਪਦਾ, ਕਿਧਰੇ ਐਸਾ ਨਾ ਹੋ ਜਾਏ। ਸੋ ਸਾਨੂੰ ਕੁਛ ਰੱਖਣਾ ਪਏਗਾ, ਕਿਉਂਕਿ ਜਿਹੜੀਆਂ ਭਾਵਨਾਵਾਂ ਹਨ ਉਹ ਉਸ ਭਾਸ਼ਾ ਦੇ ਵਿੱਚ ਹੀ ਦੱਸੀਆਂ ਜਾ ਸਕਦੀਆਂ ਹਨ। ਜੇ ਗੁਰੂ ਦੀ ਗੱਲ ਸਮਝਣੀ ਹੈ ਤਾਂ ਗੁਰੂ ਦੀ ਭਾਸ਼ਾ ਵੀ ਸਿੱਖਣੀ ਪਏਗੀ। ਬਹੁਤ ਬਹੁਤ ਧੰਨਵਾਦ ਔਰ ਤੁਹਾਡਾ ਸਹਿਯੋਗ ਲਈ। ਹੈਲੋ, ਸੋ ਹੈਲੋ, ਤੁਸੀਂ ਆਪਣੇ ਟੀਵੀ ਦੀ ਆਵਾਜ਼ ਬੰਦ ਕਰੋਗੇ? ਕੌਣ ਬੋਲ ਰਹੇ ਜੀ? ਮੈਂ ਗੁਰਚਰਨ ਸਿੰਘ ਪਸੀਨ ਬੋਲ ਰਿਹਾ। ਹਾਂਜੀ ਹਾਂਜੀ, ਪਸੀਨ ਸਾਹਿਬ ਕੀ ਹਾਲ ਹੈ, ਠੀਕ ਹੋ ਤੁਸੀਂ? ਲੰਬਾ ਸਾਹਿਬ ਨਵਾਂ ਸਾਲ ਮੁਬਾਰਕ ਤੁਹਾਨੂੰ ਸਾਰਿਆਂ ਨੂੰ। ਨਿਰਭਉ ਨਿਰਵੈਰ ਉਹੀ ਹੋ ਸਕਦਾ ਜੀ ਜਿਹੜਾ ਸੱਚ ਦੇ ਚੱਲੇ। ਜੀ 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 ਬਿਲਕੁਲ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਇਹ ਗੱਲ ਜਿਹੜੀ ਹੈ ਦੱਸੀ ਗਈ ਹੈ ਕਿ ਨਿਰਭਉ ਅਤੇ ਨਿਰਵੈਰ ਉਹੀ ਹੋ ਸਕਦਾ ਹੈ ਜਿਹੜਾ ਸੱਚ ਦੇ ਉੱਤੇ ਚੱਲੇ, ਪਰ ਸੱਚ ਦੇ ਉੱਤੇ ਵੀ ਉਹੀ ਚੱਲ ਸਕਦਾ ਜਿਹੜਾ ਨਿਰਭਉ ਨਿਰਵੈਰ ਹੋਏ। ਇਹ ਇੱਕ ਦੂਜੇ ਦੇ ਪੂਰਕ ਹਨ, ਦੋਨਾਂ ਵਿੱਚ ਕੋਈ ਫਰਕ ਨਹੀਂ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ, ਤੁਹਾਡੀ ਟੀਵੀ ਦੀ ਆਵਾਜ਼ ਬੰਦ ਕਰਨੀ ਪਏਗੀ ਜੀ। ਹੈਲੋ, ਸੋ ਤੁਹਾਡੀਆਂ ਕਾਲਸ ਆ ਰਹੀਆਂ, ਪਰ ਜਿਹੜੇ ਦਰਸ਼ਕ ਹਨ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਸਾਰਿਆਂ ਤੱਕ ਪਹੁੰਚੇ ਔਰ ਇਹ ਤੁਹਾਡਾ ਸਮਾਂ ਸਾਰਥਕ ਹੋਏ, ਤਾਂ ਕਾਲ ਕਰਨ ਲੱਗਿਆਂ ਆਪਣੇ ਟੀਵੀ ਦੀ ਆਵਾਜ਼ ਬਿਲਕੁਲ ਬੰਦ ਕਰ ਦਿਓ ਔਰ ਟੈਲੀਫੋਨ ਦੇ ਉੱਤੇ ਹੀ ਆਪਣੀ ਗੱਲਬਾਤ ਜਿਹੜੀ ਹੈ ਸੁਣੋ, ਤਾਂ ਕਿ ਇਹ ਆਵਾਜ਼ ਨਹੀਂ ਤਾਂ ਫਿਰ ਪਿੱਛੋਂ ਉਹਦੀ ਜਿਹੜੀ ਈਕੋ ਹੈ ਉਹ ਬਹੁਤ ਸਾਰੇ ਪ੍ਰੋਗਰਾਮ ਨੂੰ ਖਰਾਬ ਕਰ ਦਿੰਦੀ ਹੈ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਕਾਲ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਹਾਡੀ ਕਾਲ ਆ ਰਹੀ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜਸਬੀਰ ਬੋਲ ਰਹੀ ਹਾਂ ਬੋਸਟਨ ਤੋਂ, ਵੈਲਕਮ ਬੈਕ। ਸ਼ੁਕਰੀਆ, ਮੇਰਾ ਬਨਵਾਸ ਖਤਮ ਹੋ ਗਿਆ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਭੈਣ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਦੇ? ਜੀ ਅੰਮ੍ਰਿਤ ਦੇ ਉੱਤੇ ਰੋਸ਼ਨੀ ਵੀ ਪਾਓਗੇ ਅਗਲੀ ਵਾਰੀ? ਜੋ ਤੁਸੀਂ ਕਹੋਗੇ, ਹਾਂਜੀ, ਜਿਹੜੇ ਵੀ ਤੁਸੀਂ ਚਾਹੁੰਦੇ ਹੋ, ਕਿਉਂਕਿ ਅਸੀਂ ਤਾਂ ਸਿਰਫ ਇੱਕ ਮਾਊਥ ਪੀਸ ਹੈਗੇ ਹਾਂ। ਤੁਸੀਂ ਜਿਹੜੇ ਵੀ ਵਿਸ਼ੇ ਦੇ ਉੱਤੇ ਚਾਹੁੰਦੇ ਹੋ ਅਸੀਂ ਗੱਲਬਾਤ ਕਰੀਏ, ਪ੍ਰੋਗਰਾਮ ਤੁਹਾਡਾ ਹੈ। ਔਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਥੋੜੀ ਜਿਹੀ ਰੋਸ਼ਨੀ ਅੰਮ੍ਰਿਤ ਦੇ ਉੱਤੇ ਅਗਲੀ ਵਾਰ ਪਾ ਦੇਣਾ ਜੀ। ਜ਼ਰੂਰ ਕੋਸ਼ਿਸ਼ ਕਰਾਂਗੇ ਜੀ, ਥੋੜ੍ਹਾ ਜਿਹਾ ਟਾਈਮ ਸਾਨੂੰ ਜ਼ਰੂਰ ਦਿਓ, ਅਸੀਂ ਜ਼ਰੂਰ ਇਸ ਦੇ ਉੱਤੇ ਵੀ ਕਰਾਂਗੇ ਜੀ। ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ ਜੀ। ਅੱਛਾ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਅਤੇ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਹਾਡੀਆਂ ਕਾਲਸ ਲਈ ਧੰਨਵਾਦ, ਤੁਸੀਂ ਕਾਲ ਕਰਦੇ ਰਹੋ ਔਰ ਤਾਂ ਕਿ ਅਸੀਂ ਵੀ ਬਹੁਤ ਅੱਛਾ ਲੱਗਦਾ ਤੁਸੀਂ ਆਉਂਦੇ ਹੋ, ਤੁਹਾਡਾ ਪ੍ਰੋਗਰਾਮ ਸੁਣਦੇ ਆ, ਬਹੁਤ ਅੱਛਾ ਲੱਗਦਾ। ਠੀਕ ਹੈ ਜੀ, ਅਸੀਂ ਇੱਕ ਸਮਾਂ ਛੋਟੇ ਜਿਹੇ ਬ੍ਰੇਕ ਦਾ ਔਰ ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ, ਤੁਸੀਂ ਪ੍ਰੋਗਰਾਮ ਵੇਖਦੇ ਰਹੋ।
ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕ ਅਤੇ ਸੂਝਵਾਨ ਸਰੋਤੇ, ਤੁਹਾਡਾ ਬ੍ਰੇਕ ਦੇ ਬਾਅਦ ਮੁੜ ਨਿੱਘਾ ਸਵਾਗਤ ਹੈ। ਬਹੁਤ ਹੀ ਬੁਨਿਆਦੀ ਮੁੱਢਲੇ ਅਕਾਲ ਪੁਰਖ ਦੇ ਗੁਣ, ਜਿਸ ਦਾ ਕੁਛ ਅੰਸ਼ ਅਗਰ ਸਾਡੇ ਅੰਦਰ ਆ ਜਾਏ, ਫਿਰ ਅਸੀਂ ਇਨਸਾਨੀਅਤ ਵੱਲ ਪਹਿਲਾ ਕਦਮ ਰੱਖ ਸਕਦੇ ਹਾਂ। ਜਿਸ ਇਨਸਾਨ ਦੇ ਅੰਦਰ ਨਿਰਪੈਤਾ ਨਹੀਂ, ਨਿਡਰਤਾ ਨਹੀਂ, ਉਹ ਕਦੀ ਵੀ ਇਨਸਾਨ ਨਹੀਂ ਅਖਵਾ ਸਕਦਾ, ਇਨਸਾਨੀਅਤ ਵੱਲ ਅੱਗੇ ਨਹੀਂ ਤੁਰ ਸਕਦਾ। ਜਾਂ ਬੁਜ਼ਦਿਲ ਹੋ ਜਾਏਗਾ, ਜਾਂ ਜ਼ਾਲਮ ਹੋ ਜਾਏਗਾ, ਜਾਬਰ ਹੋ ਜਾਏਗਾ। ਇਹਨਾਂ ਦੋ ਚੀਜ਼ਾਂ ਨੂੰ ਨਾਲ ਲੈ ਕੇ ਇਹ ਸਾਡਾ ਨਿਸ਼ਾਨਾ ਹੈ। ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਅਸੀਂ ਨਿਰਭੈ ਹਾਂ, ਅਸੀਂ ਨਿਰਵੈਰ ਹਾਂ, ਪਰ ਇਹ ਸਾਡਾ ਆਦਰਸ਼ ਹੈ। ਅਸੀਂ ਆਦਰਸ਼ ਵੱਲ ਉਸਨੂੰ ਆਪਣੀ ਨਜ਼ਰਾਂ ਦੇ ਵਿੱਚ ਹਰ ਵੇਲੇ ਰੱਖਣਾ। ਤੁਹਾਡੇ ਵਿਚਾਰ ਇਸ ਬੁਨਿਆਦੀ ਸਵਾਲ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਅਸੀਂ, ਕਿਸ ਢੰਗ ਨਾਲ ਅਸੀਂ ਨਿਰਭੈ ਔਰ ਨਿਰਵੈਰ ਹੋ ਸਕਦੇ ਹਾਂ, ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਿਹਾ ਜੀ? ਜੀ ਬੋਲ ਰਿਹਾ ਜੀ, ਕੌਣ ਬੋਲ ਰਿਹਾ ਜੀ? ਮੈਂ ਜੀ ਡਾਕਟਰ ਨਵਪ੍ਰੀਤ ਸਿੰਘ ਬੋਲਦਾ, ਟੈਂਪਾ ਫਲੋਰੀਡਾ ਤੋਂ। ਜੀ ਆਇਆਂ ਡਾਕਟਰ ਸਾਹਿਬ ਜੀ, ਤੇ ਆਪ ਜੀ ਦਾ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ੀ ਹੋਈ। ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਜੀ। ਤੇ ਮੇਰੇ ਖਿਆਲ ਨਵੇਂ ਸਾਲ ਦਾ ਸਭ ਤੋਂ ਵੱਡਾ ਗਿਫਟ ਇਹ ਮਿਲਿਆ ਕਿ ਤੁਹਾਡੇ ਦਰਸ਼ਨ ਹੋਏ ਨੇ ਅੱਜ ਜੀ। ਹਾਂਜੀ, ਤੇ ਟੈਂਪਾ ਵਿੱਚ ਅੱਗੇ ਵੀ ਆਪ ਜੀ ਦੇ ਪ੍ਰੋਗਰਾਮ ਬੜੇ ਹੀ ਸ਼ੌਕ ਨਾਲ ਦੇਖੇ ਜਾਂਦੇ ਆ, ਤੇ ਮੇਰਾ ਖਿਆਲ ਹੈ ਕਿ ਆਪ ਜੀ ਦੇ ਜੋ ਵਿਚਾਰ ਨੇ ਇਹ ਸਾਰਥਕ ਸਦਾ ਹੀ ਹਰ ਥਾਂ ਹਰ ਦੇਸ਼ ਦੇ ਵਿੱਚ ਨੇ। ਜੀ, ਉਮੀਦ ਹੈ ਕਿ ਆਪ ਅੱਗੇ ਦੀ ਤਰ੍ਹਾਂ ਨਵੇਂ ਨਵੇਂ ਵਿਸ਼ਿਆਂ ਉੱਤੇ ਨਵੇਂ ਨਵੇਂ ਵਿਚਾਰ ਪੇਸ਼ ਕਰਦੇ ਰਹੋਗੇ। ਇਹ ਪ੍ਰੋਗਰਾਮ ਦਾ ਨਾਮ ਬਹੁਤ ਹੀ ਅੱਛਾ ਰੱਖਿਆ ਤੇ ਗਿਫਟ ਹੈ ਨਵੇਂ ਸਾਲ ਦਾ ਜੀ। ਥੈਂਕ ਯੂ ਸੋ ਮਚ ਜੀ, ਬਹੁਤ 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 ਧੰਨਵਾਦ। ਦਰਅਸਲ ਜਿਸ ਵੇਲੇ ਇਸ ਪ੍ਰੋਗਰਾਮ ਦਾ ਨਾਮਕਰਨ ਕਰਨਾ ਸੀ ਤਾਂ ਉਸ ਵੇਲੇ ਵਾਕਈ ਜੇਕਰ ਕਿਹਾ ਜਾਏ ਤਾਂ ਡਰ ਵੀ ਸੀ ਕਿ ਇਹ ਬਹੁਤ ਔਖਾ ਨਾਂ ਹੈ, ਕਿਧਰੇ ਐਸਾ ਨਾ ਹੋਏ ਕਿ ਸਾਨੂੰ ਹੀ ਲੋਕ ਉਸ ਤਵੱਕੋ ਕਰਨ, ਸਾਡੇ ਤੋਂ ਆਸ ਕਰਨ ਕਿ ਅਸੀਂ ਉਹ ਕਰ ਸਕੀਏ। ਪਰ ਜੇਕਰ ਇਹ ਨਿਸ਼ਾਨਾ ਸਾਹਮਣੇ ਹੈ, ਇਹ ਆਦਰਸ਼ ਸਾਹਮਣੇ ਹੈ, ਤਾਂ ਘੱਟੋ ਘੱਟ ਸਾਨੂੰ ਪ੍ਰੇਰਨਾ ਜ਼ਰੂਰ ਦੇਵੇਗਾ। ਇਹ ਸਾਡੀ ਕੋਸ਼ਿਸ਼ ਹੈ। ਬਹੁਤ ਬਹੁਤ ਧੰਨਵਾਦ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ? ਨਿਰਮਲ ਸਿੰਘ ਗਰੇਵਾਲ। ਗਰੇਵਾਲ ਸਾਹਿਬ ਕਿੱਥੋਂ ਬੋਲ ਰਹੇ? ਵਿਸਕਾਨਸਨ ਤੋਂ। ਹਾਂਜੀ ਜੀ, ਆਇਆਂ ਨੂੰ ਹੁਕਮ ਕਰੋ। ਬਹੁਤ ਖੁਸ਼ੀ ਦੀ ਗੱਲ ਆ, ਤੁਸੀਂ ਬੈਕ ਨਵੇਂ ਸਾਲ ਦੇ ਦਿਨ ਸਾਨੂੰ ਦਰਸ਼ਨ ਦਿੱਤੇ ਆ, ਤੇ ਤੁਹਾਨੂੰ ਬਹੁਤ ਪਿਆਸੇ ਹੋਏ ਸੀਗੇ, ਤੋ ਮੈਂ ਸ਼ਾਰਟਕੱਟ ਇੰਨਾ ਹੀ ਕਹਿਣਾ ਚਾਹੁੰਦਾ, ਬਹੁਤ ਖੁਸ਼ੀ ਹੈ ਤੁਹਾਨੂੰ ਬੈਕ, ਤੁਸੀਂ ਇਹਦਾ ਬੈਕ ਨਸ਼ੋ। ਥੈਂਕ ਯੂ ਵੈਰੀ ਮਚ। ਠੀਕ, ਬਹੁਤ ਬਹੁਤ ਧੰਨਵਾਦ ਤੁਹਾਡਾ। ਆਇਆ ਨਵਾਂ ਸਾਲ, ਤੁਹਾਨੂੰ ਸਾਰੇ ਪਰਿਵਾਰ ਨੂੰ, ਸਾਰੇ ਸਮਾਜ ਨੂੰ ਇਹ ਪੂਰੀ ਚੜ੍ਹਦੀ ਕਲਾ ਰਹੇ, ਔਰ ਸਾਰਾ ਜੋ ਅਸੀਂ ਚਾਹੁੰਦੇ ਹਾਂ ਉਹ ਹੋਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇੱਕ ਹੋਰ ਕਾਲ ਲੈਣ ਦੀ ਕੋਸ਼ਿਸ਼ ਕਰੀਏ। ਇੱਕ ਹੈਲੋ। ਹਾਂਜੀ ਲਾਂਬਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਭੈਣ ਜੀ? ਹਾਂਜੀ, ਮੇਰਾ ਨਾਮ ਜਸਵਿੰਦਰ ਕੌਰ ਰਿਸ਼ੀ ਹੈ ਜੀ, ਮੈਂ ਬੋਲ ਰਹੀ ਹਾਂ ਨਿਊ ਜਰਸੀ ਤੋਂ। ਹਾਂਜੀ ਜੀ, ਆਇਆਂ ਨੂੰ ਦੱਸੋ ਭੈਣ ਜੀ। ਹਾਂਜੀ, ਥੈਂਕ ਯੂ ਸੋ ਮਚ। ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਜੀ, ਤੁਹਾਡੇ ਪ੍ਰੋਗਰਾਮ ਨੂੰ ਜੀ ਆਇਆਂ ਨੂੰ ਜੀ। ਜੀ ਜੀ ਜੀ, ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਤੁਹਾਡੀ ਜਿਹੜੀ ਨੌਲੇਜ ਹੈਗੀ ਹੈ ਉਸ ਤੋਂ ਅਸੀਂ ਫਾਇਦਾ ਚੁੱਕ ਸਕਾਂਗੇ। ਚਲੋ, ਗੁਰੂ ਕਿਰਪਾ ਕਰੇ, ਵਾਹਿਗੁਰੂ ਮਿਹਰ ਕਰੇ। ਤੇ ਬਾਕੀ ਜਿਹੜਾ ਆਪਾਂ ਨਿਰਭਉ ਨਿਰਵੈਰ ਦੀ ਗੱਲ ਕਰਦੇ ਸੀਗੇ, ਉਹ ਮੇਰੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਇਹ ਕਹਿਣਾ ਚਾਹਾਂਗੀ ਕਿ ਜੇ ਹਰ ਕੋਈ ਆਪਣਾ ਆਪਣਾ ਕਰਮ ਰੱਬ ਦੀ ਰਜ਼ਾ ਚ ਰਹਿ ਕੇ ਕਰੀ ਜਾਵੇ ਨਾ, ਜੀ ਜੀ ਜੀ, ਤੇ ਆਪਣਾ ਫਰਜ਼ ਸੱਚਾਈ ਤੇ ਟਿਕ ਕੇ ਨਿਭਾਈ ਜਾਵੇ, ਹਾਂਜੀ, ਤਾਂ ਮੈਨੂੰ ਨੀ ਲੱਗਦਾ ਕਿ ਉਹਨੂੰ ਕਿਸੇ ਵੀ ਇਨਸਾਨ ਤੋਂ ਡਰਨ ਦੀ ਲੋੜ ਹੈਗੀ ਆ। ਜੀ 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 ਜੀ, ਖਾਲੀ ਨਿਰਵੈਰ ਅਗਰ ਕਹਿੰਦਾ ਉਹ ਡਰਪੋਕ ਵੀ ਹੋ ਸਕਦਾ ਹੈਗਾ। ਬਿਲਕੁਲ, ਇਹ ਅਗਰ ਸਮਝ ਆ ਜਾਏ ਤਾਂ ਇਹ ਬੜੀ ਵੱਡੀ ਗੱਲ ਹੈ। ਸੋ ਬਾਕੀ ਜਿਹੜੀ ਸੱਚ ਦੀ ਗੱਲ ਹੈ ਉਹ ਵੀ ਤਾਂ ਆਏਗੀ ਜੇ
ਕਿਉਂਕਿ ਬੰਦੇ ਨੂੰ ਡਰ ਕਿਸ ਚੀਜ਼ ਦਾ? ਡਰੀਏ ਤਾਂ ਜੇ ਤੂੰ ਕੁਛ ਕੀਤਾ। ਡਰ ਡਰ ਡਰਨਾ ਮਨ ਕਾ ਸੋਰ, ਇਹ ਮਨ ਦੇ ਅੰਦਰੋਂ ਆਵਾਜ਼ਾਂ ਉੱਠਦੀਆਂ। ਜਿਸ ਵੇਲੇ ਮੈਂ ਕੋਈ ਐਸਾ ਕੰਮ ਕਰ ਲਵਾਂ ਜਿਹੜਾ ਨਹੀਂ ਕਰਨਾ ਚਾਹੀਦਾ, ਮੇਰੇ ਮਨ ਦੀਆਂ ਆਵਾਜ਼ਾਂ ਹੀ ਮੈਨੂੰ ਡਰਾਉਣਗੀਆਂ, ਬਾਹਰੋਂ ਆਵਾਜ਼ ਵੀ ਆਉਣ ਦੀ ਲੋੜ ਨਹੀਂ ਪੈਂਦੀ ਹੈਗੀ। ਸਹੀ ਗੱਲ ਹੈ ਜੀ, ਬਿਲਕੁਲ ਆਪਣਾ ਮਨ ਹੀ ਕਹਿੰਦੇ ਨਾ, ਮਨ ਪਾਪੀ ਤਨ ਚੋਰ। ਜੀ ਜੀ ਬਿਲਕੁਲ, ਮਨ ਹੀ ਪਾਪੀ ਹੈ ਤੇ ਤਨ ਤੇ ਚੋਰ ਆਪ ਹੀ ਬਣਨਾ ਹੋਇਆ ਨਾ, ਤੇ ਉਹ ਮਨ ਤੋਂ ਹੀ ਆਪਣਾ ਸਾਰਾ ਕੁਛ ਸ਼ੁਰੂ ਹੁੰਦਾ ਨਾ ਜੀ। ਜੀ ਬਹੁਤ ਬਹੁਤ ਤੁਹਾਡੇ ਵਿਚਾਰ ਚੰਗੇ ਆ ਔਰ ਕਾਫੀ ਪ੍ਰੇਰਨਾ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਪਰਮਜੀਤ ਸਿੰਘ ਸੰਧੂ ਟੋਰਾਂਟੋ ਤੋਂ ਬੋਲ ਰਿਹਾ ਜੀ। ਹਾਂਜੀ ਸੰਧੂ ਸਾਹਿਬ, ਅੱਜ ਦਾ ਜਿਹੜਾ ਵਿਸ਼ਾ ਚੁਣਿਆ ਜੀ ਬਹੁਤ ਹੀ ਅਹਿਮ ਵਿਸ਼ਾ ਹੈ ਜੀ। ਇੱਛਾ ਕਿ ਆਪਣੇ ਯੂਐਸ ਦੌਰੇ ਤੇ ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ ਆਏ ਹੋਏ ਨੇ ਜੀ, ਉਹਨਾਂ ਨਾਲ ਇੱਕ ਮੁਲਾਕਾਤ ਹੋ ਜੇ ਤੁਹਾਡੇ ਟੀਵੀ ਚੈਨਲ ਦੇ ਰਾਹੀਂ ਤੇ। ਇਹ ਸਾਰੇ ਜਿੰਨੇ ਹੈਗੇ ਹੈ ਇਹ ਮੈਨੇਜਮੈਂਟ ਦਾ ਹੁੰਦਾ, ਤੋ ਮੈਂ ਆਪਣੇ ਪ੍ਰੋਗਰਾਮ ਬਾਰੇ ਹੀ ਦੱਸ ਸਕਦਾ, ਇਸ ਤੋਂ ਵੱਧ ਮੇਰੀ ਅਸਮਰਥਤਾ ਹੈ ਕਿ ਕਿਹੜਾ ਪ੍ਰੋਗਰਾਮ ਲੈ ਕੇ ਆਉਣਾ ਨਹੀਂ ਲੈ ਕੇ ਆਉਣਾ, ਮੈਂ ਵੀ ਆਉਣਾ ਕਿ ਨਹੀਂ ਆਉਣਾ, ਇਹ ਵੀ ਮੈਨੇਜਮੈਂਟ ਦਾ ਹੈਗਾ। ਮੈਂ ਜਿੰਨੀ ਦੇਰ ਹੈਗਾ ਮੈਂ ਤੁਹਾਡੇ ਰੂਬਰੂ ਹਾਂ ਔਰ ਆਪਣੇ ਵਿਚਾਰ ਤੁਹਾਡੇ ਤੱਕ ਰੱਖ ਰਿਹਾ। ਬਹੁਤ ਬਹੁਤ ਧੰਨਵਾਦ। ਹੈਲੋ 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 ਹਾਂਜੀ, ਤੁਸੀਂ ਆਪਣੇ ਟੀਵੀ ਦੀ ਆਵਾਜ਼ ਬੰਦ ਕਰਕੇ ਅਗਰ ਗੱਲ ਕਰੋ। ਹਾਂਜੀ ਕੌਣ ਬੋਲ ਰਹੇ ਜੀ? ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਸਰਾਮ ਸਿੰਘ ਬੋਲਦਾ ਹਾਂ ਨਿਊਯਾਰਕ ਤੋਂ। ਹਾਂਜੀ ਵੀਰ ਜੀ, ਹੁਕਮ ਕਰੋ। ਹੈਲੋ ਹਾਂਜੀ ਹਾਂਜੀ, ਦੱਸੋ, ਤੁਹਾਡੀ ਆਵਾਜ਼ ਆ ਰਹੀ ਹੈ ਔਰ ਸਾਰੇ ਦਰਸ਼ਕ ਸੁਣ ਰਹੇ ਹੈ। ਹਾਂਜੀ ਹੈਲੋ। ਹਾਂਜੀ ਹਾਂਜੀ ਹਾਂਜੀ, ਸਤਨਾਮ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ। ਵੀਰ ਜੀ ਮੇਰੀ ਤਾਂ ਬੇਨਤੀ ਇਹ ਆ ਵੀ ਇੱਕ ਤੁਸੀਂ ਆਪਣੇ ਜਦੋਂ ਵੀ ਹੈਲੋ ਹਾਂਜੀ ਹਾਂਜੀ ਵੀ ਆਪਣੇ ਜੱਟ ਪੰਜਾਬੀ ਤੇ ਆਏ ਸੀਗੇ ਤੇ ਉੱਥੇ ਜੋ ਕੁਛ ਹੋਇਆ ਤੇ ਤੁਸੀਂ ਹੁਣ ਜੱਟ ਪੰਜਾਬੀ ਤੇ ਆ ਗਏ ਤਾਂ ਵੀਰ ਜੀ ਕਿਰਪਾ ਕਰੋ ਆਪਣੀ ਕਮਿਊਨਿਟੀ ਦੇ ਵਿੱਚ ਥਵਾਕ ਰਹਿਣ ਦਿਓ ਤੇ ਮਿਹਰਬਾਨੀ ਬਖਸ਼ੋ ਸਾਰੀ ਕੌਮ ਦੇ ਉੱਤੇ ਜੀ। ਵਾਹਿਗੁਰੂ ਖਾਲਸਾ ਫਤਿਹ। ਹਾਂ, ਮੈਂ ਸਿਰਫ ਤੁਹਾਨੂੰ ਇੰਨੀ ਗੱਲ ਕਹਿਣੀ ਚਾਹਾਂਗਾ, ਤੁਹਾਡੇ ਵਿਚਾਰ ਮੁਬਾਰਕ ਜੀ ਆਇਆਂ ਨੂੰ। ਹਰ ਕਿਸੇ ਨੂੰ ਆਪਣੇ ਵਿਚਾਰ ਦੇਣ ਦਾ ਹੱਕ ਹੈ। ਜੋ ਕੁਛ ਵੀ ਅਸੀਂ ਬੋਲ ਰਹੇ ਹਾਂ, ਜੋ ਕੁਛ ਬੋਲਿਆ ਔਰ ਜੋ ਕੁਛ ਬੋਲਾਂਗੇ ਅੱਗੇ ਤੋਂ ਵੀ, ਉਹ ਸਿਰਫ ਉਹਦਾ ਪੈਮਾਨਾ ਉਹੀ ਹੈ ਨਿਰਭਉ ਔਰ ਨਿਰਵੈਰ ਹੋ ਕੇ। ਬਾਕੀ ਜਿਹੜੇ ਪ੍ਰੋਗਰਾਮ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਨਿੱਜੀ ਕੋਈ ਗੱਲ ਨਹੀਂ, ਅਕਾਲ ਤਖ਼ਤ ਸਾਹਿਬ ਤੋਂ ਸਰਵੋੱਚ ਪੰਥ ਦੀ ਅਦਾਲਤ ਤੋਂ ਉਸ ਚੀਜ਼ ਦੇ ਉੱਤੇ ਮੋਹਰ ਲਗਾਈ ਗਈ ਕਿ ਇਹ ਜੋ ਗੱਲ ਕੀਤੀ ਗਈ ਹੈ ਇਹ ਪ੍ਰੋਗਰਾਮ ਬਿਲਕੁਲ ਸਹੀ ਕੀਤਾ ਗਿਆ ਸੀ ਔਰ ਉਸ ਲਈ ਉੱਥੋਂ ਅਕਾਲ ਤਖ਼ਤ ਸਾਹਿਬ ਤੋਂ ਵੀ ਅਸੀਸ ਵੀ ਦਿੱਤੀ ਗਈ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਹੈਲੋ, ਇਸ ਇਜ਼ ਟਾਕ ਸ਼ੋ ਹੋਸਟ? ਯੈਸ, ਹੂ ਇਜ਼ ਦੇਅਰ? Hello? 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 ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ, ਤੁਸੀਂ ਸੁਣ ਰਹੇ ਹੋ ਸਾਡੀ ਗੱਲ? ਹੈਲੋ ਹਾਂਜੀ। ਸੋ ਜਿਹੜਾ ਅਸੀਂ ਵਿਸ਼ਾ ਲਿਆ ਜਿਹਦੇ ਉੱਤੇ ਤੁਹਾਡੇ ਵਿਚਾਰ ਸਾਨੂੰ ਲਗਾਤਾਰ ਪਹੁੰਚ ਰਹੇ ਹਨ, ਕਿਉਂਕਿ ਜਦੋਂ ਵੀ ਕੋਈ ਗੱਲ ਸੱਚ ਦੀ ਗੱਲ ਕੀਤੀ ਜਾਏ, ਕੋਈ ਵੀ ਗੱਲ ਜਦੋਂ ਹੋਏਗੀ ਉਸ 'ਤੇ ਦੋ ਪੱਖ ਹੋਣਗੇ, ਕੇਵਲ ਇੱਕ ਹਵਾਲਾ ਦੇਣਾ ਹੀ ਕਾਫੀ ਹੋਏਗਾ, ਜਿਹੜਾ ਕਿ ਸਾਡਾ ਵਿਰਸਾ ਹੈ, ਸਾਡੀ ਵਿਰਾਸਤ ਹੈ। ਭਾਰਤੀ ਸੰਸਕ੍ਰਿਤੀ ਦੇ ਵਿੱਚ, ਪੁਰਾਣਕ ਸੰਸਕ੍ਰਿਤੀ ਦੇ ਵਿੱਚ ਇੱਕ ਹਵਾਲਾ ਆਉਂਦਾ ਹੈ, ਸ਼੍ਰੀ ਕ੍ਰਿਸ਼ਨ ਵਕਤ ਦੇ ਬਾਦਸ਼ਾਹ ਦੁਰਯੋਧਨ ਦੇ ਸੱਦੇ ਦੇ ਉੱਤੇ ਉਸਦੇ ਘਰ ਨਹੀਂ ਸੀ ਗਏ। ਇੱਕ ਦਾਸੀ ਪੁੱਤਰ
ਬਿਦਰ ਸੀ, ਜਿਹੜਾ ਬਹੁਤ ਹੀ ਜਿਸ ਨੂੰ ਨੀਵਾਂ ਸਮਝਿਆ ਜਾਂਦਾ ਸੀ, ਉਸਦੇ ਘਰ ਚਲੇ ਗਏ। ਗੱਲ ਬੜੀ ਛੋਟੀ ਜੀ ਹੈ ਪਰ ਬੜੀ ਅਹਿਮੀਅਤ ਰੱਖਦੀ ਹੈ, ਬੜੀ ਡੂੰਘੀ ਹੈ। ਇਹ ਨਿਰਭੈਤਾ ਦੀ, ਨਿਡਰਤਾ ਦੀ ਅਸੀਮਤਾ ਹੈ, ਉਸਦਾ ਅਰੂਜ਼ ਹੈ, ਉਸਦਾ ਸਿਖਰ ਹੈ। ਸ਼੍ਰੀ ਕ੍ਰਿਸ਼ਨ ਦਾ ਦੁਰਯੋਧਨ ਦੇ ਸੱਦਾ ਪੱਤਰ ਨੂੰ ਛੱਡ ਕੇ ਇੱਕ ਗਰੀਬ ਦਾਸੀ ਪੁੱਤਰ ਬਿਦਰ ਦੇ ਘਰ ਚਲੇ ਜਾਣਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਇਹ ਘਟਨਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਗਈ ਔਰ ਸ਼ਬਦ ਅੰਕਿਤ ਹੋਇਆ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਪਾਵੇ। ਕੀ ਦੁਬਾਰਾ ਭਾਈ ਲਾਲੋ ਦੀ, ਮਲਕ ਭਾਗੋ ਦੀ ਗੱਲ ਨਹੀਂ ਦੁਹਰਾਈ ਜਾ ਰਹੀ? ਕੀ ਉਸਦਾ ਹਵਾਲਾ ਨਹੀਂ ਦਿੱਤਾ ਜਾ ਰਿਹਾ? ਸ਼ਬਦ ਅੰਕਿਤ ਹੋਇਆ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਪਾਵੇ। ਇਹ ਸ਼ਬਦ ਅੰਕਿਤ ਕੀਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਸ਼ਲੋਕ ਅਖੀਰ ਦੇ ਵਿੱਚ ਹਨ। ਮਗਰ ਗੁਰੂ ਅਰਜਨ ਦੇਵ ਜੀ ਨੂੰ ਇਸ ਦਾ ਸਿਧਾਂਤਕ ਪੱਖ ਇਤਨਾ ਗੰਭੀਰ ਲੱਗਾ, ਇੱਕ ਸ਼ਲੋਕ ਕਬੀਰ ਸਾਹਿਬ ਦਾ ਪਿੱਛੋਂ ਲੈ ਕੇ ਇਸ ਸ਼ਬਦ ਦੇ ਨਾਲ ਅੰਕਿਤ ਕੀਤਾ ਗਿਆ ਔਰ ਉਹ ਕਿਹੜਾ ਸੀ? ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੱਡੇ ਖੇਤ। ਇਹ ਗੱਲ ਹੈ ਸੂਰਮੇ ਦੀ, ਨਿਰਭੈ ਨਿਰਵੈਰ ਹੋਣ ਦਾ ਇਹ ਕੀਮਤ ਦੇਣੀ ਪੈਂਦੀ ਹੈ। ਬਹੁਤ ਬਹੁਤ ਧੰਨਵਾਦ, ਤੁਹਾਡੀਆਂ ਕਾਲਸ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ ਹੈਲੋ, ਤੁਸੀਂ ਆਵਾਜ਼ ਟੀਵੀ ਦੀ ਬੰਦ ਕਰਕੇ ਅਗਰ ਸੁਣੋਗੇ ਤੇ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੇਗੀ। ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਸ੍ਰੀ ਕ੍ਰਿਸ਼ਨ ਸਿੰਘ ਨਈਅਰ ਬੋਲ ਰਿਹਾ। ਹਾਂਜੀ ਨਈਅਰ ਸਾਹਿਬ ਜੀ, ਆਇਆਂ ਨੂੰ ਹੁਕਮ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ, ਨਵਾਂ ਸਾਲ ਮੁਬਾਰਕ ਹੋਏ। ਸ਼ੁਕਰੀਆ। ਮੈਨੂੰ ਲੱਗਦਾ ਤੁਸੀਂ ਕੌਮ ਨੂੰ ਕੋਈ ਚੰਗੀ ਸੇਧ ਦੇ ਸਕੋਗੇ ਤੇ ਕਾਫੀ ਦੇਰ ਦੇਣਾ ਦੇ ਕੇ ਛੱਡਣਾ ਜਾਣਾ। ਅੱਜ ਦਾ ਮੈਸੇਜ ਛੋਟਾ ਜਿਹਾ। ਜੀ ਜੀ ਜੀ, ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡੀ ਅਸੀਸਮਈ ਸੁਨੇਹੇ ਲਈ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੈਲੋ ਹੈਲੋ, ਹਾਂਜੀ ਹੈਲੋ, ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ, ਕੌਣ ਬੋਲ ਰਹੇ ਜੀ? ਹੈਲੋ ਹੈਲੋ ਹੈਲੋ, ਹਾਂਜੀ, ਲਾਂਬਾ ਜੀ, ਮੈਂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ, ਕੌਣ ਬੋਲ ਰਹੇ ਜੀ? ਮੈਂ ਮਾਈਕ ਸਿੰਘ ਬੋਲ ਰਿਹਾ। ਹਾਂ, ਕਿੱਥੋਂ ਬੋਲ ਰਹੇ ਹੋ ਜੀ? ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਆ ਕਿ ਤੁਹਾਨੂੰ ਗੈਟ ਪੰਜਾਬੀ ਦੀ ਜਿਹੜੀ ਮੈਨੇਜਮੈਂਟ ਨੇ ਉਹਨਾਂ ਨੇ ਇੱਥੇ ਲਿਆਂਦਾ ਜੀ। ਇਹ ਇੱਕ ਪੰਜਾਬੀਆਂ ਲਈ ਤੇ ਸਿੱਖ ਕੌਮ ਲਈ ਬੜੀ ਮਾਣ ਦੀ ਗੱਲ ਆ ਜੀ ਕਿ ਤੁਹਾਡੇ ਵਰਗੇ ਸੂਝਵਾਨ, ਮੇਰੇ ਕੋਲ ਸ਼ਬਦ ਨਹੀਂ ਕਿ ਅੱਗੇ ਕੀ ਕਿਹਾ ਜਾਵੇ, ਲੋਕ ਨੇ ਜਿਹੜੇ ਜੀ ਉਹ ਇੱਥੇ ਕੌਮ ਨੂੰ ਸੇਧ ਦੇਣ ਲਈ ਬੈਠੇ ਨੇ ਜੀ। ਸੱਚ ਬੋਲਣਾ ਬਹੁਤ ਔਖਾ ਤੇ ਸੁਣਨਾ ਵੀ ਬਹੁਤ ਔਖਾ ਜੀ ਜੀ। ਕੁਝ ਦੋ ਚਾਰ ਬੰਦਿਆਂ ਦੀਆਂ ਮੈਂ ਇਹੀ ਤੁਹਾਨੂੰ ਬੇਨਤੀ ਕਰੂੰਗਾ ਤੇ ਤੁਹਾਡੀ ਮੈਨੇਜਮੈਂਟ ਨੂੰ ਵੀ ਜੀ ਕਿ ਇਹ ਦੋ ਚਾਰ ਡੱਡੂਆਂ ਦੀ ਪੰਸੇਰੀ ਪੂਰੀ ਫਿਰਦੀ ਆ ਸਿੱਖ ਕੌਮ ਦੇ ਵਿੱਚ। ਮੈਂ ਬਿਲਕੁਲ ਪਹਿਲੀਆਂ ਸਾਰੀਆਂ ਗੱਲਾਂ ਤੋਂ ਵਾਕਿਫ ਹਾਂ ਜੀ। ਫਿਰ ਉਹੀ ਗੱਲ ਕਰਨਾ ਕਿ ਸੱਚ ਸੁਣਨਾ ਤੇ ਸੱਚ ਬੋਲਣਾ ਬਹੁਤ ਔਖਾ ਤੇ ਜੋ ਤੁਸੀਂ ਅੱਜ ਦਾ ਮੁੱਦਾ ਨਿਰਭਉ ਤੇ ਨਿਰਵੈਰ ਲੈ ਕੇ ਆਏ ਹੋ ਜਾਂ ਜੋ ਤੁਸੀਂ ਨਾਂ ਰੱਖਿਆ ਜੀ ਇਹ ਵੀ ਬਹੁਤ ਹੀ ਵਧੀਆ ਰੱਖਿਆ ਜੀ ਜੀ, ਕਿਉਂ ਜੋ ਹਰ ਇੱਕ ਬੰਦੇ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ, ਜੋ ਮੇਰੇ ਵਿਚਾਰ ਨੇ ਜੀ ਕਿ ਇਹ ਬਿਲਕੁਲ ਤੁਹਾਨੂੰ ਸੂਟ ਕਰ ਰਹੇ ਆ ਬਿਲਕੁਲ। ਜੇ ਤੁਸੀਂ ਨਿਰਭਉ ਹੋ ਕੇ ਪਹਿਲਾਂ ਸੱਚ ਬੋਲਿਆ ਤੇ ਸੱਚੇ ਕੰਮ ਕੀਤੇ ਨੇ ਤਾਂ ਇਹ ਜੋ ਵੀ ਜਿਹਨਾਂ ਨੇ ਵੀ ਇਹ ਨਾਂ ਚੁਣਿਆ ਉਹ ਬਹੁਤ ਵਧੀਆ ਚੁਣਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ, ਤੁਹਾਡੇ ਸਹਿਯੋਗ ਦਾ। ਮੈਂ ਬੇਨਤੀ ਤੁਹਾਨੂੰ ਇਹ ਗੱਲ ਕਰਨੀ ਚਾਹੂੰਗਾ ਜੀ ਤੁਹਾਡੇ ਮੈਨੇਜਮੈਂਟ ਨੂੰ ਵੀ ਜੀ, ਬਈ ਇਹ ਜੀਆਂ ਇੱਕ ਦੋ ਕਾਲਾਂ ਨੇ ਜਿਹੜੀਆਂ ਉਹ ਜਦੋਂ ਉਹਨਾਂ ਨੇ ਤੁਹਾਡਾ ਫੇਸ ਦੇਖਣਾ ਸੀ ਉਹ ਆਉਣੀਆਂ ਸੀ ਜੀ ਜੀ। ਨਹੀਂ ਨਹੀਂ, ਮੈਂ ਤੁਹਾਡਾ ਮੈਂ ਕੋਈ ਤੁਹਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ, ਕੋਈ ਗੱਲ ਨਹੀਂ, ਮੈਂ ਗੱਲ ਅੱਗੇ ਤੋਰਨੀ ਚਾਹਾਂਗਾ
ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਇੱਕ ਬ੍ਰੇਕ ਲੈਂਦੇ ਹਾਂ ਤਾਂ ਕਿ ਤਕਨੀਕੀ ਕਾਰਨਾਂ ਕਰਕੇ ਥੋੜ੍ਹਾ ਜਿਹਾ ਹੈ, ਇੱਕ ਬ੍ਰੇਕ ਦੇ ਬਾਅਦ ਫਿਰ ਮੁੜ ਹਾਜ਼ਰ ਹੁੰਦੇ ਹਾਂ। ਬਹੁਤ ਬਹੁਤ ਗੈਟ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਅਤੇ ਦਾਨਸ਼ਵਰ ਸਰੋਤਿਆਂ ਦਾ ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਮੁੜ ਦਿੱਗਾ ਸਵਾਗਤ ਹੈ। ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਜਿਹੜੀ ਰਾਏ ਦਿੱਤੀ ਗਈ ਹੈ ਕਿ ਅਗਰ ਕੋਈ ਵਿਰੋਧੀ ਵਿਚਾਰ ਵੀ ਆਉਂਦੇ ਹਨ ਤਾਂ ਉਹਨਾਂ ਨੂੰ ਦਰਕਿਨਾਰ ਕੀਤਾ ਜਾਏ, ਪਰ ਇਹ ਤਾਂ ਪ੍ਰੋਗਰਾਮ ਹੀ ਵਿਚਾਰਾਂ ਦਾ ਹੈ। ਵਿਚਾਰ ਵੱਖਰੇ ਹੋ ਸਕਦੇ ਹਨ ਜੇਕਰ ਨਿਸ਼ਾਨਾ ਸਹੀ ਹੋਏ। ਅਸੀਂ ਇੱਕ ਗੱਲ ਕਹਿ ਸਕਦੇ ਹਾਂ ਜਾਂ ਬਜ਼ਾਤੇ ਖੁਦ ਮੈਂ ਇਹ ਗੱਲ ਕਹਿ ਸਕਦਾ ਹਾਂ, ਕਿਹੜਾ ਇਨਸਾਨ ਹੈ ਜਿਹੜਾ ਨਹੀਂ ਥਿੜਕਿਆ। ਕਿਸੇ ਸੂਫੀ ਫਕੀਰ ਨੇ ਬਹੁਤ ਸੋਹਣਾ ਕਿਹਾ ਸੀ, ਜਦੋਂ ਮੈਂ ਛੋਟਾ ਸੀ, ਜਦੋਂ ਮੈਨੂੰ ਤੁਰਨ ਦਾ ਵੱਲ ਨਹੀਂ ਸੀ, ਲੋਕ ਮੈਨੂੰ ਸਹਾਰਾ ਦਿੰਦੇ ਸੀ, ਪਰ ਹੁਣ ਜਦੋਂ ਮੈਨੂੰ ਤੁਰਨਾ ਆ ਗਿਆ, ਹੁਣ ਮੈਂ ਥਾਂ ਥਾਂ ਡਿੱਗਦਾ ਫਿਰਦਾ ਹਾਂ। ਬਸ ਇਸ ਥਿੜਕਣ ਤੋਂ, ਇਸ ਗਿਰਾਵਟ ਤੋਂ, ਇਸ ਗਿਰਨੇ ਤੋਂ, ਇਸ ਡੋਲਣ ਤੋਂ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਅਸੀਂ ਨਿਸ਼ਾਨਾ ਸਹੀ ਰੱਖੀਏ। ਇੱਕ ਗੱਲ ਬਹੁਤ ਸਪਸ਼ਟ ਤਰੀਕੇ ਦੇ ਨਾਲ ਮੈਂ ਆਪ ਨਾਲ ਇਹ ਵਾਅਦੇ ਨਾਲ ਕਰ ਸਕਦਾ ਹਾਂ ਔਰ ਕਹਿ ਸਕਦਾ ਹਾਂ, ਗਲਤੀਆਂ ਕਰਨੀ, ਗਲਤੀ ਕਰਨੀ ਗਲਤੀ ਨਹੀਂ ਹੈ। ਉਸ ਗਲਤੀ ਦੇ ਉੱਤੇ ਕਾਇਮ ਰਹਿਣਾ, ਉਸ ਦੇ ਉੱਤੇ ਉਸਨੂੰ ਮਨਜ਼ੂਰ ਨਾ ਕਰਨਾ, ਇਹ ਗਲਤੀ ਹੈ। ਮਾਸਟਰ ਤਾਰਾ ਸਿੰਘ ਬਹੁਤ ਸੋਹਣਾ ਲਿਖਦੇ ਹਨ ਕਿ ਗਲਤੀ ਦੀ ਸਮਝ ਆ ਜਾਣ ਨਾਲ ਅੱਧੀ ਠੀਕ ਹੋ ਜਾਂਦੀ ਹੈ, ਮਨ ਲੈਣ ਨਾਲ ਪੂਰੀ ਠੀਕ ਹੋ ਜਾਂਦੀ ਹੈ। ਕਿਧਰੇ ਵੀ ਅਸੀਂ ਥਿੜਕਾਂਗੇ, ਤੁਸੀਂ ਸਾਨੂੰ ਸਹਾਰਾ ਦਿਓ, ਸਾਡੀ ਉਂਗਲੀ ਫੜੋ, ਸਾਡਾ ਉਹਦੇ ਵਿੱਚ ਕੋਈ ਐਸਾ ਮੁੱਦਾ ਨਹੀਂ ਹੈ, ਕੋਈ ਨਿੱਜ ਦਾ ਨਹੀਂ ਹੈ, ਇਹ ਤੁਹਾਡਾ ਮਸਲਾ ਹੈ। ਪਰ ਜਿਹੜੀ ਚੀਜ਼ ਸਹੀ ਹੋਏਗੀ, ਜਿਵੇਂ ਪਿਛਲੇ ਉਸ ਐਪੀਸੋਡ ਦਾ ਹਵਾਲਾ ਦਿੱਤਾ ਜਾ ਰਿਹਾ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਇਹ ਕਿਹਾ ਹੈ ਕਿ ਜੋ ਅਸੀਂ ਮਸਲਾ ਚੁੱਕਿਆ ਸੀ ਉਹ ਬਿਲਕੁਲ ਸਹੀ ਸੀ ਔਰ ਜਿਸ ਦੇ ਬਾਰੇ ਚੁੱਕਿਆ ਸੀ ਉਸਨੂੰ ਸਜ਼ਾ ਵੀ ਦਿੱਤੀ ਗਈ। ਸੋ ਉਸ ਗੱਲ ਨੂੰ ਦੁਬਾਰਾ ਚੁੱਕਣਾ ਇਹ ਫਿਰ ਸਹੀ ਨਹੀਂ ਹੋ ਸਕਦਾ ਔਰ ਇੱਕ ਪੰਥ ਘਾਤਕ ਕਾਰਜ ਹੈ। ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਔਰ ਤੁਹਾਡੇ ਵਿਚਾਰਾਂ ਲਈ ਮਤਲਾਸ਼ੀ ਹਾਂ ਔਰ ਤੁਹਾਡੇ ਵਿਚਾਰਾਂ ਦਾ ਸਵਾਗਤ ਹੈ। ਹੈਲੋ 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 ਹਾਂਜੀ, ਕੌਣ ਬੋਲ ਰਹੇ ਜੀ? ਹੈਲੋ ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਹੈਲੋ ਹੈਲੋ ਲਾਂਬਾ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਰਜਿੰਦਰ ਬੋਲ ਰਹੀ ਹਾਂ, ਕੈਲੀਫੋਰਨੀਆ ਤੋਂ। ਹਾਂਜੀ ਭੈਣ ਜੀ, ਜੀ ਆਇਆਂ ਨੂੰ। ਹਾਂਜੀ, ਮੈਂ ਤਾਂ ਬਸ ਤੁਹਾਡਾ ਸਵਾਗਤ ਕਰਨ ਆਇਆ ਕਿ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ। ਤੁਹਾਡਾ ਪ੍ਰੋਗਰਾਮ ਦਾ ਨਾਂ ਤੁਹਾਡੇ ਲਈ ਬਹੁਤ ਸੂਟ ਕਰਦਾ ਆ ਜੀ, ਕਿ ਜਿਹੜਾ ਤੁਸੀਂ ਸੱਚ ਦੇ ਲਈ ਖੜੇ ਹੁੰਦੇ ਆ, ਇਹ ਬਿਲਕੁਲ ਬਹੁਤ ਸਹੀ ਪ੍ਰੋਗਰਾਮ ਦਾ ਨਾਂ ਚੁਣਿਆ ਗਿਆ ਤੁਹਾਡੇ ਵਾਸਤੇ ਜੀ। ਤੇ ਬਸ ਇਹੀ ਕਹੂੰਗੀ ਕਿ ਤੁਸੀਂ ਇਹ ਪ੍ਰੋਗਰਾਮ ਬਿਲਕੁਲ ਛੱਡ ਕੇ ਨਾ ਜਾਇਓ, ਕਿਤੇ ਨੀ ਜਾਣਾ, ਬਿਕੋਜ਼ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਸੀ ਪਹਿਲਾਂ ਵੀ ਤੁਹਾਡੇ ਪ੍ਰੋਗਰਾਮਾਂ ਤੋਂ, ਤੇ ਆਸ ਰੱਖਦੇ ਹਾਂ ਕਿ ਸਾਨੂੰ ਅੱਗੇ ਤੋਂ ਵੀ ਇਸ ਤਰ੍ਹਾਂ ਤੁਹਾਡੇ ਪ੍ਰੋਗਰਾਮਾਂ ਤੋਂ ਬਹੁਤ ਚੀਜ਼ਾਂ ਸਿੱਖਾਂਗੇ ਅਸੀਂ। ਇਹ ਆਦਾਨ ਪ੍ਰਦਾਨ ਹੈ ਜੀ, ਤੁਹਾਡਾ ਸਹਿਯੋਗ ਮਿਲਦਾ ਰਹੇਗਾ, ਸਾਨੂੰ ਅੱਗੇ ਕਾਫੀ ਕੁਛ ਮਿਲੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਥੈਂਕ ਯੂ। ਹੈਲੋ ਹੈਲੋ ਹਾਂਜੀ। ਸੋ ਇਹ ਜਿਹੜਾ ਮਸਲਾ ਹੈ, ਜਿਹੜੀ ਗੱਲ ਕੀਤੀ ਜਾ ਰਹੀ ਹੈ, ਜਿਸ
ਪ੍ਰੋਗਰਾਮ ਨੂੰ ਲੈ ਕੇ, ਜਿਸ ਨਿਸ਼ਾਨੇ ਨੂੰ ਲੈ ਕੇ ਇਹ ਪ੍ਰੋਗਰਾਮ। ਹੈਲੋ, ਹੈਲੋ ਜੀ, ਖਿਮਾ ਦੇ ਜਾ ਚੁੱਕਾ ਜੀ। ਅਸੀਂ ਗੱਲ ਕਰ ਰਹੇ ਸੀ ਉਸ ਪ੍ਰੋਗਰਾਮ ਦੇ ਕਾਰਜ ਦੇ ਔਰ ਸਾਡੀ ਕਾਰਜ ਪ੍ਰਣਾਲੀ ਦੇ ਉੱਤੇ ਕਿ ਅਸੀਂ ਇਸ ਪ੍ਰੋਗਰਾਮ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਤੋਰਨਾ ਚਾਹੁੰਦੇ ਹਾਂ। ਇਹ ਜਿਹੜਾ ਇਤਨਾ ਵੱਡਾ ਨਿਸ਼ਾਨਾ, ਇਤਨਾ ਵੱਡਾ ਪੈਮਾਨਾ ਜੋ ਕਿ ਲੈ ਕੇ ਅਸੀਂ ਤੁਰੇ ਹਾਂ, ਇਨਸਾਨ ਥਿੜਕਦਾ ਹੈ, ਜ਼ਬਾਨ ਵੀ ਥਿੜਕਦੀ ਹੈ, ਪਰ ਇਸ ਥਿੜਕਣ ਦੇ ਬਾਅਦ ਅਗਰ ਸੰਭਲਿਆ ਜਾਏ ਤਾਂ ਇਹ ਬਹੁਤ ਵੱਡਾ ਕਾਰਜ ਹੁੰਦਾ ਹੈ। ਪਰ ਇਹ ਤਾਂ ਹੈ ਜੇਕਰ ਨੀਅਤ ਰਾਸ ਹੋਏਗੀ। ਜੇ ਨੀਅਤ ਸਹੀ ਹੋਏਗੀ ਫਿਰ ਅਸੀਂ ਉਸ ਨਿਸ਼ਾਨੇ ਵੱਲ ਬਹੁਤ ਜ਼ਰੂਰੀ, ਸਹੀ ਗੱਲ ਹੈ ਕਿ ਅਸੀਂ ਪਹੁੰਚ ਸਕਦੇ ਹਾਂ। ਨਿਰਭਉ ਅਤੇ ਨਿਰਵੈਰ, ਇਹ ਜਿਹੜੇ ਦੋ ਕਨਸੈਪਟ ਹਨ, ਇਸ ਨੂੰ ਹਾਸਲ ਕਰਨ ਲਈ ਗੁਰੂ ਸਾਹਿਬਾਨ ਨੇ ਆਪਣੀ ਸਾਰੀ ਜ਼ਿੰਦਗੀ ਇਹਨਾਂ ਅਸੂਲਾਂ ਦੇ ਉੱਤੇ ਚੱਲ ਕੇ ਵਿਖਾਈ। ਉਹਨਾਂ ਨੇ ਖੁਦ ਉਸ ਦੇ ਉੱਤੇ ਤੁਰ ਕੇ ਉਹਨਾਂ ਨੇ ਮਾਰਗ ਦਰਸ਼ਨ ਕੀਤਾ। ਇਨਸਾਨ ਨੂੰ ਸਭ ਤੋਂ ਜ਼ਿਆਦਾ ਡਰ ਕਿਸ ਚੀਜ਼ ਦਾ ਹੈ, ਉਹ ਕਿਸ ਚੀਜ਼ ਤੋਂ ਡਰਦਾ ਹੈ? ਉਹ ਡਰ ਹੈ ਮੌਤ ਦਾ। ਇਸ ਤੋਂ ਬਾਅਦ ਸ਼ਾਇਦ ਹੋਰ ਕੋਈ ਡਰ ਨਹੀਂ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹੜਾ ਅਸੂਲ ਦਿੱਤਾ, ਉਹ ਕਿਹੜੀ ਚੀਜ਼ ਭਰ ਦਿੱਤੀ ਕਿ ਜਿਸ ਦੇ ਬਾਰੇ ਕਿਹਾ ਗਿਆ ਕਿ ਪੰਜਾਬੀਆਂ ਦੇ ਬਾਰੇ ਕਿ ਮੌਤ ਨੂੰ ਮਖੌਲਾਂ ਕਰਨ, ਇਹ ਕਿਹੜੀ ਚੀਜ਼ ਸੀ? ਬਹੁਤ ਛੋਟੀ ਜੀ ਔਰ ਬੜੀ ਹੀ ਸੰਖੇਪ ਜਿਹਾ ਇੱਕ ਸਿਧਾਂਤ ਦਿੱਤਾ ਕਿ ਇਹ ਜਿਹੜਾ ਇਨਸਾਨ ਤੁਸੀਂ ਸਾਹਮਣੇ ਦੇਖ ਰਹੇ ਹੋ, ਜਿਸ ਦੇ ਹੱਥ ਵਿੱਚ ਨੰਗੀ ਤਲਵਾਰ ਹੈ, ਇਹ ਯਕੀਨ ਕਰੋ, ਇਹ ਯਕੀਨ ਜਾਣੋ, ਇਹ ਤੁਹਾਨੂੰ ਮਾਰ ਨਹੀਂ ਸਕਦਾ। ਔਰ ਦੂਸਰੇ ਪਾਸੇ ਇਹ ਵੀ ਯਕੀਨ ਕਰੋ ਕਿ ਜੇ ਤੁਸੀਂ ਸੈਂਕੜੇ ਕਿਲੇ ਬਣਾ ਲਓ, ਜਿਤਨੇ ਮਰਜ਼ੀ ਤੁਸੀਂ ਆਪਣੇ ਸਾਧਨ ਅਪਣਾ ਲਓ, ਤੁਸੀਂ ਮੌਤ ਤੋਂ ਬਚ ਨਹੀਂ ਸਕਦੇ। ਹੁਣ ਜਦੋਂ ਇਹ ਗੱਲ ਪਰਪੱਕੀ ਹੋ ਗਈ ਕਿ ਨਾ ਕੋਈ ਕਿਸੇ ਨੂੰ ਜ਼ਬਰਦਸਤੀ ਮਾਰ ਸਕਦਾ ਹੈ, ਨਾ ਕੋਈ ਮੌਤ ਤੋਂ ਬਚਾ ਸਕਦਾ ਹੈ, ਫਿਰ ਉਸ ਵੇਲੇ ਹਜ਼ੂਰ ਨੇ ਜਿਹੜਾ ਸੰਦੇਸ਼ ਦਿੱਤਾ ਬਹੁਤ ਸੰਖੇਪ ਸੀ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਜਿਸ ਵੇਲੇ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ ਦੀ ਗੱਲ ਕਰ ਲਵੇ, ਉਸ ਤੋਂ ਬਾਅਦ ਫਿਰ ਇਹੀ ਆਵਾਜ਼ ਨਿਕਲੇਗੀ ਜਿਹੜੀ ਗੁਰੂ ਸਾਹਿਬ ਨੇ ਦਿੱਤੀ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਉਸ ਸੱਚੇ ਖਸਮ ਦੇ, ਉਸ ਸੱਚੇ ਪਰਮਾਤਮਾ ਦੇ, ਉਸ ਸੱਚੇ ਮਾਲਕ ਦੇ ਸਿਵਾ ਹੋਰ ਕਿਸੇ ਦੀ ਪਰਵਾਹ ਨਹੀਂ। ਰੱਬ ਨੂੰ ਬਹੁਤ ਨਾਮ ਦਿੱਤੇ ਗਏ ਹਨ, ਕਿਸੇ ਨੇ ਮੋਹਨ ਲਿਖਿਆ, ਕਿਧਰੇ ਸੁੰਦਰ ਕਿਹਾ, ਕਿਧਰੇ ਮਨਮੋਹਨ ਕਿਹਾ, ਬੜੇ ਉਸਦੇ ਸਿਫਾਤੀ ਨਾਮ ਹਨ। ਪਰ ਇੱਕ ਨਾਮ ਗੁਰੂ ਨਾਨਕ ਸਾਹਿਬ ਨੇ ਕਮਾਲ ਦਾ ਦਿੱਤਾ ਹੈ, ਜਿਹੜਾ ਉਸ ਪਰਮਾਤਮਾ ਨੂੰ ਉਹ ਸਿਫਾਤੀ ਨਾਮ ਦਿੱਤਾ, ਸੱਦਣਹਾਰਾ ਸਿਮਰੀਏ। ਜਿਸ ਦੀ ਪ੍ਰਕਿਰਿਆ ਸੱਦਣ ਦੀ ਹੈ, ਜਿਹੜਾ ਵਾਪਸ ਸੱਦ ਲੈਂਦਾ ਹੈ, ਅਸੀਂ ਉਸ ਦੀ ਆਰਾਧਨਾ ਕਰੀਏ, ਅਸੀਂ ਉਸ ਨੂੰ ਸਿਮਰੀਏ। ਇਹ ਰੋਜ਼ ਦੀ ਅਰਦਾਸ ਸੀ ਕਿ ਸੱਦਣਹਾਰਾ ਸਿਮਰੀਏ। ਗੁਰੂ ਨਾਨਕ ਸਾਹਿਬ ਦੀ ਇਹ ਆਵਾਜ਼ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਆਵਾਜ਼ ਗੁਰੂ ਨਾਨਕ ਸਾਹਿਬ ਨੇ ਦਿੱਤੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਇਹ ਗੁਰੂ ਅਰਜਨ ਸਾਹਿਬ ਦਾ ਪੈਗਾਮ ਸੀ। ਜੋ ਤੈ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕੁਛ ਹੋਏ ਸੋ ਹੋਏ, ਇਹ ਬਾਬਾ ਕਬੀਰ ਜੀ ਦਾ ਸੀ। ਵਾਟ ਹਮਾਰੀ ਖਰੀ ਉਡੀਣੀ, ਖਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰ। ਇਹ ਜਿਹੜਾ ਪੈਗਾਮ ਹੈ ਬਾਬਾ ਫਰੀਦ ਜੀ ਦਾ ਸੀ। ਅਕਾਲ ਪੁਰਖ ਦੇ ਇਸ ਸਿਧਾਂਤ ਨੂੰ ਇੱਕ ਲਫ਼ਜ਼ ਵਿੱਚ ਬਿਆਨ ਕੀਤਾ, ਹਰਬਿਨ ਕੋਈ ਮਾਰਜਵਾਲ ਨਾ ਸਾਕੇ। ਔਰ ਇਹ ਨਿਰਪੈਤਾ, ਨਿਡਰਤਾ ਦੀ ਅਸੀਮਤਾ ਸੀ, ਉਸਦਾ ਅਰੂਜ ਸੀ। ਜਿਸ ਵੇਲੇ ਜ਼ਿਕਰ ਕਰਦਿਆਂ ਅਲੇ ਯਾਰ ਖਾਂ ਜੋਗੀ ਰਹਿਮਾਨੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜ਼ਿਕਰ ਕੀਤਾ ਕਿ ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਇਜਾਜ਼ਤ ਮੰਗੀ ਹੈ
ਚਮਕੌਰ ਦੀ ਜੰਗ ਦੀ ਤਾਂ ਹਜ਼ੂਰ ਨੇ ਪੁੱਛਿਆ ਕਿ ਬੇਟਾ ਲੜ ਸਕੋਗੇ, ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਲੜਨਾ ਨਹੀਂ ਆਤਾ, ਹਮੇ ਮਰਨਾ ਤੋਂ ਹੈ ਆਤਾ, ਖੁਦ ਬੜ ਕੇ ਗਲਾ ਤੇਗ ਪੇ ਧਰਨਾ ਤੋਂ ਹੈ ਆਤਾ। ਸੋ ਇਹ ਨਿਡਰਤਾ ਹੈ, ਇਹ ਨਿਰਭੈਤਾ ਹੈ, ਇਹ ਨਿਰਵੈਰਤਾ ਹੈ, ਮਗਰ ਇਸ ਨਿਡਰਤਾ ਦੇ ਵਿੱਚ ਨਿਰਵੈਰਤਾ ਹੈ। ਖਾਲੀ ਨਿਰਵੈਰ ਨਹੀਂ, ਖਾਲੀ ਨਿਡਰ ਨਹੀਂ, ਨਿਰਭੈਤਾ ਨਹੀਂ। ਪਰ ਇੱਕ ਗੱਲ ਅਖੀਰ ਦੇ ਵਿੱਚ ਜ਼ਰੂਰ ਕਹਿਣੀ ਹੈ ਕਿ ਹਜ਼ੂਰ ਨੇ ਇੱਕ ਹੋਰ ਅਸੂਲ ਵੀ ਦਿੱਤਾ ਹੈ, ਜੇ ਤੁਸੀਂ ਵਾਹਿਗੁਰੂ ਨਾਲ ਪ੍ਰਣਾਏ ਜਾਣਾ ਹੈ ਤਾਂ ਫਿਰ ਇੱਕ ਨਿਰਮਲ ਭਾਉ ਪਾਇਆ। ਇਹ ਲਾਵਾਂ ਦਾ ਕੇਂਦਰੀ ਸਿਧਾਂਤ ਦਿੱਤਾ, ਨਿਰਮਲ ਭਾਉ ਪਾਇਆ। ਡਰ ਤਾਂ ਸਾਨੂੰ ਸੱਪ ਕੋਲੋਂ ਲੱਗਦਾ, ਸੰਡੇ ਕੋਲੋਂ ਲੱਗਦਾ, ਹੋਰ ਚੋਰਾਂ ਤੋਂ ਲੱਗਦਾ, ਪਰ ਜਿਹੜਾ ਰੱਬ ਦਾ ਡਰ ਹੈ ਉਹ ਭੈ ਨਹੀਂ ਹੈ, ਉਹ ਨਿਰਮਲ ਭਾਉ ਹੈ। ਔਰ ਭਾਉ ਜਿਸ ਵੇਲੇ ਆ ਜਾਏਗਾ, ਇਹ ਨਿਰਮਲ ਭਾਉ ਹੈ ਜਿਹੜਾ ਪਤੀ ਪਤਨੀ ਦੇ ਵਿੱਚ ਆਪਸ ਵਿੱਚ ਨਿਰਮਲ ਭਾਉ ਹੈ ਇੱਕ ਦੂਜੇ ਦਾ, ਇਹ ਨਿਰਮਲ ਭੈ ਹੈ। ਉਸ ਚੀਜ਼ ਨੂੰ ਜੇ ਡਰਨਾ ਹੈ, ਜੇ ਅਗਰ ਡਰ ਪੈਦਾ ਕਰਨਾ ਹੈ ਤਾਂ ਉਹ ਡਰ ਪਾਪਾਂ ਤੋਂ ਕਰਨਾ ਹੈ, ਉਹ ਡਰ ਕੁਕਰਮਾਂ ਤੋਂ ਕਰਨਾ ਹੈ, ਉਹ ਡਰ ਉਹਨਾਂ ਕਾਰਜਾਂ ਤੋਂ ਕਰਨਾ ਹੈ ਜਿਹੜੇ ਵਿਵਰਜਿਤ ਹਨ। ਅਗਰ ਡਰ ਹੈ, ਦੂਸਰੇ ਪਾਸੇ ਨਿਰਮਲ ਪੈ ਉਸ ਪਰਮਾਤਮਾ ਦਾ ਕਰਨਾ ਹੈ ਜਿਹੜਾ ਸਭ ਕੁਛ ਹੁੰਦਿਆਂ ਹੋਇਆਂ ਵੀ ਉਹ ਨਿਰਭਉ ਹੈ, ਉਹ ਨਿਰਵੈਰ ਵੀ ਹੈ, ਉਸਦਾ ਕਿਸੇ ਨਾਲ ਵਿਰੋਧ ਨਹੀਂ ਹੈ, ਉਸਦੀ ਕਿਸੇ ਨਾਲ ਕੋਈ ਅਦਾਵਤ ਨਹੀਂ ਹੈ। ਸੋ ਇਸ ਗੰਭੀਰ ਵਿਸ਼ੇ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਤਨੀਆਂ ਕੁ ਵਿਚਾਰਾਂ ਆਪ ਨਾਲ ਸਾਂਝੀਆਂ ਕੀਤੀਆਂ ਹਨ। ਔਰ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਸਾਨੂੰ ਜ਼ਰੂਰ ਕਾਲ ਕਰਕੇ ਜਾਂ ਈਮੇਲ ਦੇ ਉੱਤੇ ਦੱਸਣਾ, ਜਿਹੜਾ ਕਿ ਅਸੀਂ ਤੁਹਾਨੂੰ ਸਕਰੀਨ ਦੇ ਉੱਤੇ ਇਹ ਦੇ ਦਿਆਂਗੇ, info@us.us@getpunjabi.tv। ਇਹ ਜੋ ਸਕਰੀਨ ਦੇ ਉੱਤੇ ਆ ਰਿਹਾ ਹੈ, ਤੁਸੀਂ ਸਾਨੂੰ ਈਮੇਲ ਰਾਹੀਂ ਵੀ ਸਾਨੂੰ ਦੱਸ ਸਕਦੇ ਹੋ, ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣ ਵਿੱਚ ਜੋ ਕਿ ਹੋਣਾ ਚਾਹੀਦਾ ਅਸੀਂ ਆਪਦੇ ਉਹਨਾਂ ਦੇ ਉੱਤੇ ਪੂਰੇ ਉਤਰ ਸਕੀਏ, ਤੁਹਾਡੇ ਆਸ਼ਾਵਾਂ ਦੇ ਉੱਤੇ ਪੂਰੇ ਖਰੇ ਉਤਰ ਸਕੀਏ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਬੋਲੀ ਆਪਣੀ ਪਹਿਚਾਣ, ਪੰਜਾਬੀ ਹਰ ਮਹਿਫਿਲ ਦੀ ਜਾਨ, ਪੰਜਾਬੀਆਂ ਦੀ ਹੈ ਵੱਖਰੀ ਸ਼ਾਨ। ਆਪਣੀ ਬੋਲੀ ਆਪਣੀ ਪਹਿਚਾਣ।